लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। श्लोक महला पहला, श्लोक महला पहला। कूड़ गोल मरदार खाए, कूड़ गोल मरदार खाए। आवरी नो समझावन जाए, आवरी नो समझावन जाए। उठा आप मुहाए साथ है, उठा आप मुहाए साथ है। नानक ऐसा आगू जापे, नानक ऐसा आगू जापे। महला चौथा, महला चौथा। जिस दे अंदर सच है, जिस दे अंदर सच है। सो सच्चा नाम मुख सच अलाए, सो सच्चा नाम मुख सच अलाए। ओ हर मार्ग आप चलदा, ओ हर मार्ग आप चलदा। और नानो हर मार्ग पाए, और नानो हर मार्ग पाए। जे अग्गै तीर्थ होए ता मल लहै, जे अग्गै तीर्थ होए ता मल लहै। छप्पड़ नाते सगवी मल लाए, छप्पड़ नाते सगवी मल लाए। तीर्थ पूरा सतगुरु, तीर्थ पूरा सतगुरु। जो आन दिन हर हर नाम ते आए, जो आन दिन हर हर नाम ते आए। आप छुटा कटंब स्यों, ओ आप छुटा कटंब स्यों। दे हर हर नाम सब श्रेष्ठ छड़ाए, दे हर हर नाम सब श्रेष्ठ छड़ाए। जन नानक तिस बलिहार ने, जन नानक तिस बलिहार ने। जो आप जपै अबरा नाम जपाए, जो आप जपै अबरा नाम जपाए। पौड़ी पौड़ी इक कंद मूल चुन खाए, वन खंड वासा। इक कंद मूल चुन खाए, वन खंड वासा। इक पगमा पेश कर फिरे, जोगी सन्यासा। इक पगमा पेश कर फिरे, जोगी सन्यासा। अंदर तृष्णा बहुत, अंदर तृष्णा बहुत। साधन भोजन की आशा, साधन भोजन की आशा। बिरथा जन्म गवाए नागे, बिरथा जन्म गवाए, बिरथा जन्म गवाए। नागिर ही नै उदासा, नागिर ही ना उदासा। जमकाल सिरो ना उतरे, जमकाल सिरो ना उतरे। मती काल न आवे नेड़े, मती काल न आवे नेड़े। जा हो वै दसन दासा, जा हो वै दसन दासा। सच्चा शब्द सच मन, सच मन, सच्चा शब्द सच मन। कर ही माहे उदासा, कर ही माहे उदासा। नानक सतगुर सेवन अपना, नानक सतगुर सेवन अपना। से आसा ते निराशा, से आसा ते निराशा।
ਸਲੋਕ ਮਹੱਲਾ ਪਹਿਲਾ। ਇਸ ਸਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਆਗੂਆਂ ਦੀ ਗੱਲ ਕੀਤੀ ਜਿਹੜੇ ਧਾਰਮਿਕ ਆਗੂ ਨੇ, ਤੇ ਦੂਜੇ ਪਾਸੇ ਉਹਨਾਂ ਡੰਬੀਆਂ ਦੀ ਵੀ ਗੱਲ ਕੀਤੀ ਜੋ ਆਗੂ ਤੇ ਬਣਦੇ ਨੇ ਦੇਖਣ ਨੂੰ, ਪਰ ਉਹ ਆਪ ਵੀ ਡੁੱਬਦੇ ਨੇ ਤੇ ਹੋਰਨਾਂ ਨੂੰ ਵੀ ਡੁੱਬਦੇ। ਧਰਮ ਦੇ ਵਿੱਚ ਖਾਣ ਪੀਣ ਤੇ ਪਹਿਨਣ ਨੂੰ ਅਸੀਂ ਬੜੀ ਪ੍ਰਮੁੱਖਤਾ ਦਿੰਦੇ ਹਾਂ ਕਿ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਆਹ ਨਹੀਂ ਪਹਿਨਣਾ, ਉਹ ਨਹੀਂ ਪਹਿਨਣਾ, ਆਹ ਰੰਗ ਦਾ ਕੱਪੜਾ ਨਹੀਂ ਪਾਉਣਾ, ਆਹ ਰੰਗ ਦਾ ਆਹ ਨਹੀਂ ਕਰਨਾ, ਕਿਉਂਕਿ ਆਹ ਜਿਹੜੀ ਸ਼ਬਦ ਵਿਚਾਰ ਆਪਾਂ ਕਰਦੇ ਹਾਂ, ਬਹੁਤ ਸਾਰਿਆਂ ਦੇ ਫੋਨ ਮੈਨੂੰ ਵੀ ਇਸ ਕਰਕੇ ਆਏ ਕਿ ਤੁਸੀਂ ਕਾਲੇ ਰੰਗ ਦੀ ਪੱਗ ਬੰਨਿਆ ਕਰੋ ਜਾਂ ਨੀਲੇ ਦੀ ਬੰਨਿਆ ਕਰੋ, ਹਰੇ ਦੀ ਕਿਉਂ ਬਣਦੇ ਹੋ ਜੀ, ਫਲਾਣੇ ਦੀ ਕਿਉਂ ਬਣਦੇ ਹੋ ਜੀ, ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ, ਗੱਲ ਤੇ ਜੀਵਨ ਨਾਲ ਸੰਬੰਧਿਤ ਹੈ। ਇੱਥੇ ਹੁਣ ਮਹਾਰਾਜ ਸਮਝਾਉਣਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੇ ਨੂੰ ਸਮਝਾਵਣ ਜਾਏ। ਕਹਿੰਦੇ ਝੂਠ ਬੋਲ ਕੇ ਮੁਰਦਾਰ ਖਾਂਦਾ ਹੈ, ਹਰਾਮ ਦੀ ਕਮਾਈ ਜਿਹੜੀ ਹੈ ਉਹ ਖਾ ਰਿਹਾ, ਠੱਗੀਆਂ ਮਾਰ ਮਾਰ ਕੇ, ਤੇ ਹੋਰਾਂ ਨੂੰ ਸਮਝਾ ਰਿਹਾ ਇੰਜ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ। ਆਪ ਮੁੱਠਾ ਆਪ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੁੱਠਾ ਆਪ ਹੀ ਠੱਗਿਆ ਗਿਆ, ਨਾਲ ਦੇ ਸਾਥੀਆਂ ਨੂੰ ਵੀ ਠਗਾ ਰਿਹਾ, ਨਾਲ ਉਹਨਾਂ ਨੂੰ ਵੀ ਧੋਖੇ 'ਚ ਰੱਖ ਰਿਹਾ। ਨਾਨਕ ਐਸਾ ਆਗੂ ਜਾਪੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਲੱਗਦਾ ਕਿ ਆਗੂ ਇਹੋ ਜਿਹਾ ਲੱਗਦਾ ਜਿਹੜਾ ਆਪ ਵੀ ਠੱਗਿਆ ਜਾ ਰਿਹਾ, ਹੋਰਾਂ ਨੂੰ ਵੀ ਠਗਾ ਰਿਹਾ, ਹਰਾਮ ਦੀ ਕਮਾਈ ਆਪ ਖਾ ਰਿਹਾ ਪਰ ਉਪਦੇਸ਼ ਉਲਟਾ ਦੇ ਰਿਹਾ। ਰਹਿਤ ਅਵਰ ਕਿਛ ਅਵਰ ਕਮਾਤ, ਮਾਨਣੀ ਪ੍ਰੀਤ ਮੁੱਖੋਂ ਵੱਡਾ। ਸਿਰਫ ਮੁੱਖ ਦੀਆਂ ਗੱਲਾਂ ਬੋਲਣ ਨਾਲ ਤੇ ਗੱਲ, ਉਪਦੇਸ਼ ਦੇਣਾ ਬਹੁਤ ਸੁਖਾਲਾ ਕੰਮ ਹੈ, ਉਹਨੂੰ ਨਿਭਾਉਣਾ, ਉਹਦੇ ਉੱਤੇ ਪਹਿਰਾ ਦੇਣਾ, ਉਹਦੇ ਅਨੁਸਾਰ ਜੀਵਨ ਜਿਉਣਾ ਹੀ ਸਹੀ ਮਨ ਵਿੱਚ ਹੈ। ਤਾਂਹੀਓ ਗੁਰੂ ਨਾਨਕ ਪਾਤਸ਼ਾਹ ਨੇ ਮਾਸ ਮਾਸ ਕਰ ਮੂਰਖ ਝਗੜੇ ਆਖਿਆ, ਇਸੇ ਕਰਕੇ ਕਿਹਾ ਅਸੀਂ ਖਾਣ ਤੱਕ ਪੀਣ ਤੱਕ ਹੀ ਉਹਨੂੰ ਸੰਬੰਧ ਰੱਖ ਲਿਆ, ਨਹੀਂ ਹਰਾਮ ਦੀ ਕਮਾਈ ਜਿਹੜੀ ਹੈ ਉਹਦੀ ਕੀ ਲਿਆਂਦਾ ਹੋਇਆ, ਅਗਰ ਤੁਸੀਂ ਦੁੱਧ ਵੀ ਹੈ ਨਾ ਉਹਦੀ ਬਣਾਈ ਹੋਈ ਖੀਰ ਵੀ ਹੈ, ਸਹੀ ਮਨਿਆਂ ਵਿੱਚ ਮਾਸ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਮਲਕ ਭਾਗੋ ਕੋਲ ਗਏ, ਮਲਕ ਭਾਗੋ ਨੇ ਬੁਲਾਇਆ, ਮਹਾਰਾਜ ਨਹੀਂ ਗਏ, ਦੂਜੀ ਵਾਰ ਬੁਲਾਇਆ ਨਹੀਂ ਗਏ, ਇਕੱਠ ਹੋ ਗਿਆ ਪਖੰਡੀਆਂ ਦਾ, ਦੰਬੀਆਂ ਦਾ, ਧਾਰਮਿਕ ਆਗੂਆਂ ਦਾ, ਇਹੋ ਜਿਹਾਂ ਦਾ, ਤੇ ਵੇਖੋ ਜੀ ਤੁਹਾਡੇ ਕਿਆਂ ਤੋਂ ਨਾਨਕ ਨਹੀਂ ਆ ਰਹੇ। ਉਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਲੋਕ ਨਾਨਕ ਤਪਾ ਕਰਕੇ ਜਾਣਦੇ ਸਨ। ਕਹਿੰਦੇ ਕਿ ਫਿਰ ਉਸਨੇ ਸਿਪਾਹੀ ਭੇਜੇ ਫੜਨ ਵਾਸਤੇ ਕਿ ਜਾ ਕੇ ਲੈ ਕੇ ਆਓ। ਭਾਈ ਲਾਲੋ ਜੀ ਨੇ ਆਖਿਆ ਕਿ ਮਹਾਰਾਜ ਹੁਣ ਤੇ ਨਾਲ ਸਿਪਾਹੀ ਆ ਰਹੇ ਨੇ, ਤੇ ਮਹਾਰਾਜ ਹੱਸ ਪਏ ਕਿ ਇਸੇ ਚੀਜ਼ ਨੂੰ ਤੇ ਮੈਂ ਚਾਹੁੰਦਾ ਸਾਂ, ਕਿਉਂਕਿ ਹੁਣ ਉੱਥੇ ਇਕੱਠ ਹੋ ਗਿਆ ਹੋਏਗਾ, ਜਿਹੜੀ ਗੱਲ ਇਕੱਲੇ ਇਕੱਲੇ ਨੂੰ ਸਮਝਾਉਣੀ ਸੀ ਉਹ ਇਕੱਲਿਆਂ ਨੂੰ ਸਮਝਾਉਣ ਦੀ ਬਜਾਏ ਹੁਣ ਪੂਰੇ ਇਕੱਠ 'ਚ ਲੋਕਾਂ 'ਚ ਇਹ ਗੱਲ ਸਪਸ਼ਟ ਹੋ ਜਾਏਗੀ। ਤੇ ਮਹਾਰਾਜ ਗਏ, ਉੱਠ ਕੇ ਚੱਲ ਪਏ।
ਤਾਂ ਉਹਨੇ ਆਖਿਆ, ਮਲਕ ਭਾਗੋ ਨੇ ਕਿਹਾ, ਨਾਨਕ ਤੂੰ ਇੱਕ ਗਰੀਬ ਜਿਹੇ ਬੰਦੇ ਦੇ ਘਰੇ ਬੈਠਾ ਜਿਹੜਾ ਕਿ ਸੁੱਕੀ ਰੋਟੀ ਖਾਂਦਾ, ਮੇਰੇ ਘਰ ਆਉਂਦਾ ਤੈਨੂੰ ਮੈਂ ਵਧੀਆ ਵਿਛਾਉਣੇ ਦਿੰਦਾ, ਵਧੀਆ ਖਾਣੇ ਦਿੰਦਾ। ਤੇ ਮਹਾਰਾਜ ਨੇ ਉਹ ਆਖਿਆ, ਮਲਕ ਭਾਗੋ ਮੇਰਾ ਵੀ ਦਿਲ ਕਰਦਾ ਕਿ ਮੈਂ ਵਧੀਆ ਵਿਛਾਉਣਿਆਂ ਤੇ ਬੈਠਾਂ, ਮੇਰਾ ਵੀ ਦਿਲ ਕਰਦਾ ਕਿ ਮੈਂ ਚੰਗੇ ਖਾਣੇ ਖਾਵਾਂ, ਐਸੀ ਕੋਈ ਗੱਲ ਨਹੀਂ। ਪਰ ਜਿਹੜੇ ਤੇਰੇ ਖਾਣੇ ਨੇ ਨਾ, ਮਹਾਰਾਜ ਨੇ ਨਾਲ ਆਉਂਦੇ ਹੋਏ ਕਿੱਕਰਾਂ ਦੇ ਬੀਜ ਲੈ ਕੇ ਆਏ, ਉਹਨੂੰ ਦਿਖਾਇਆ ਕਿ ਵੇਖ ਇਹ ਕਿੱਕਰ ਦੇ ਬੀਜ ਵੇਖਣ ਨੂੰ ਬੜੇ ਕੂੜੇ ਲੱਗਦੇ ਨੇ, ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ, ਪਰ ਮਲਕ ਭਾਗੋ ਜਦੋਂ ਬੀਜੀਏ ਤੇ ਇਹਨਾਂ ਚੋਂ ਸੂਲਾਂ ਨਿਕਲਦੀਆਂ ਨੇ। ਤੇਰਾ ਭੋਜਨ, ਤੇਰਾ ਖਾਣਾ ਹਰਾਮ ਦਾ ਹੈ, ਮੁਰਦਾਰ ਹੈ, ਲੋਕਾਂ ਦੀ ਲੁੱਟ ਦੀ ਕਮਾਈ ਦਾ ਹੈ। ਇਸ ਕਰਕੇ ਜਦੋਂ ਇਹ ਭੋਜਨ ਸਾਡੇ ਅੰਦਰ ਜਾਏਗਾ, ਇਹ ਸੂਲਾਂ ਵਾਂਗੂ ਚੁਬੇਗਾ, ਇਹ ਤਾਂ ਰੱਤ ਹੈ, ਨਿਚੋੜੀ ਹੋਈ ਅਸਲੀ ਮਾਸ ਹੈ, ਇਸ ਕਰਕੇ ਅਸੀਂ ਇਹ ਨਹੀਂ ਖਾ ਸਕਦੇ। ਭਾਵੇਂ ਉਹ ਖੀਰ ਪੂੜੀਆਂ ਸੀ, ਭਾਵੇਂ ਉਹ ਕੜਾਹ ਸੀ, ਪਰ ਉਹ ਖਾਣ ਯੋਗ ਨਹੀਂ। ਪਰ ਇਹਦੀ ਜਿਹੜੀ ਰੋਟੀ ਹੈ ਭਾਈ ਲਾਲੋ ਦੀ, ਭਾਵੇਂ ਸੁੱਕੀ ਹੈ ਪਰ ਸਾਨੂੰ ਦੁੱਧ ਵਰਗੀ ਲੱਗਦੀ ਹੈ, ਕਿਉਂਕਿ ਹੱਕ ਸੱਚ ਦੀ ਕਮਾਈ ਹੈ। ਤੇ ਉਦੋਂ ਫਿਰ ਮਹਾਰਾਜ ਨੇ ਇਹ ਗੱਲਾਂ ਸਪਸ਼ਟ ਕੀਤੀਆਂ, ਸਾਨੂੰ ਦੱਸੀਆਂ ਕਿ ਸਾਨੂੰ ਲੱਗਦਾ ਕਿ ਆਗੂ ਜਿਹੜਾ ਹੈ ਉਹ ਇਹੋ ਜਿਹਾ ਹੈ, ਸਿਰਫ ਗੱਲਾਂ ਗੱਲਾਂ ਨਾਲ ਤੇ ਲੋਕਾਂ ਨੂੰ ਸਮਝਾ ਰਿਹਾ ਪਰ ਆਪ ਮੁਰਦਾਰ ਖਾ ਰਿਹਾ। ਮਹੱਲਾ ਚੌਥਾ, ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ। ਤੇ ਚੌਥੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਕਿ ਜਿਹਦੇ ਅੰਦਰ ਸੱਚ ਹੈ ਭਾਈ, ਉਹ ਸੱਚੇ ਨਾਮ ਨੂੰ ਮੁੱਖੋਂ ਅਲਾਉਂਦਾ ਹੈ, ਬੋਲਦਾ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਕਿਉਂਕਿ ਪਹਿਲਾਂ ਆਪ ਉਸ ਮਾਰਗ ਤੇ ਤੁਰਦਾ, ਫਿਰ ਹੋਰਨਾਂ ਨੂੰ ਵੀ ਪਾਉਂਦਾ। ਜਿਹੜੇ ਜਿਹਦੇ ਅੰਦਰ ਸੱਚ ਹੈ, ਪਹਿਲਾਂ ਤੇ ਉਹ ਆਪ ਕਰਦਾ ਉਹ ਕੰਮ ਨੂੰ, ਉਹ ਆਪ ਉਸ ਮਾਰਗ ਤੇ ਤੁਰਦਾ ਤੇ ਤਾਂ ਹੋਰਨਾਂ ਨੂੰ ਵੀ ਮਾਰਗ ਤੇ ਪਾਉਂਦਾ। ਜੇ ਅੱਗੇ ਤੀਰਥ ਹੋਏ ਤਾਂ ਮਰ ਲਹਿ, ਛੱਪੜ ਨਹਾਤਾ ਸਗਮੀ ਮਲ ਲਾਏ। ਜੇ ਅੱਗੇ ਤੀਰਥ ਹੋਏ, ਤੀਰਥ ਤੋਂ ਕੀ ਭਾਵ ਹੈ, ਤੀਰਥ ਨਹਾਵਣ ਜਾਓ ਤਾਂ ਤੀਰਥ ਨਾਮ ਹੈ। ਜੇ ਅੱਗੇ ਦੱਸਣ ਵਾਲਾ ਸੱਚ ਵਾਲਾ ਹੈ, ਕਹਿੰਦੇ ਫੇਰ ਤੇ ਮੈਲ ਲੈ ਸਕਦੀ। ਤੇ ਜੇ ਅੱਗੋਂ ਛੱਪੜ ਹੈ, ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਆਖੀ ਉੱਪਰ ਕਿ ਕੂੜ ਬੋਲ ਮੁਰਦਾਰ ਖਾਏ, ਅਵਰੇ ਨੂੰ ਸਮਝਾਵਣ ਜਾਏ, ਜੇ ਸਿਰਫ ਗੱਲਾਂ ਬਾਤਾਂ ਨਾਲ ਹੀ ਨੇ, ਸਿਰਫ ਅਗਨੇ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਯੋਗ ਨਹੀਂ ਹੋਇਆ ਜਾ ਸਕਦਾ। ਹੱਥਾਂ ਨਾਲ ਲੋਕ ਸਰਾ ਹੱਥਾਂ ਤੇ ਸਰੋ ਜਮਾ ਦਿੰਦੇ, ਗੱਲਾਂ ਗੱਲਾਂ ਚ ਸਮਾਨ ਪੁੰਜੇ ਲਾ ਲੈਂਦੇ, ਉਹਨਾਂ ਦੀ ਗੱਲ ਨਹੀਂ ਹੋ ਰਹੀ। ਜੇ ਸਿਰਫ ਉੱਥੇ ਸਿਰਫ ਗੱਲਾਂ ਹੀ ਗੱਲਾਂ ਨੇ ਸਾਰੀਆਂ, ਕਹਿੰਦੇ ਉਹ ਤੇ ਫਿਰ ਛੱਪੜ ਵਾਂਗੂ ਹੈ ਭਾਈ। ਕਹਿੰਦੇ ਛੱਪੜ ਵਿੱਚ ਨਹਾਤੇ ਆ ਤੇ ਸਗੋਂ ਹੋਰ ਮਾਇਲ ਲੱਗ ਗਏ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪੌ ਲੱਤੇ ਨਹਾਤੇ ਆ ਦੋ ਪੌ ਚੜੀ ਇਸ ਹੋਰ। ਕਹਿੰਦੇ ਫਿਰ ਉਹ ਗੱਲ ਹੋ ਗਈ, ਜੇ ਸਿਰਫ ਪਖੰਡ ਹੀ ਹੈ ਤੇ ਪਖੰਡ ਵਿੱਚੋਂ ਕੁਝ ਨਹੀਂ ਮਿਲਿਆ। ਛੱਪੜ ਨਹਾਤਾ ਸਗਵੀ ਮਲ ਲਾਏ, ਕਹਿੰਦੇ ਸਗੋਂ ਹੋਰ ਮਲ ਲੈ ਲਾ ਕੇ, ਤੀਰਥ ਪੂਰਾ ਸਤਿਗੁਰੂ ਜੋ ਅਨੰਦਨ ਹਰ ਹਰ ਨਾਮ ਧਿਆਏ। ਇਸ ਕਰਕੇ ਮਾਰਗ ਨੇ ਤੀਰਥ ਤੇ ਭਾਈ ਸਤਿਗੁਰੂ ਹੈ, ਪੂਰਾ ਤੀਰਥ ਜਿਹੜਾ ਹੈ ਸਤਿਗੁਰੂ ਹੈ, ਸਤਿਗੁਰੂ ਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਮਰੋ ਚਿੱਤ ਲਾਏ। ਇਸ ਮਨ ਦਾ ਇਸ਼ਨਾਨ ਬਾਣੀ ਵਿੱਚ, ਤਨ ਦਾ ਇਸ਼ਨਾਨ ਪਾਣੀ ਵਿੱਚ,
ਇੱਥੇ ਮਹਾਰਾਜ ਸਮਝਾਉਂਦੇ ਨੇ ਸਾਨੂੰ ਪੂਰੀ ਤਰ੍ਹਾਂ ਕਿ ਤੀਰਥ ਫਿਰ ਕੌਣ ਹੈ। ਤੀਰਥ ਪੂਰਾ ਸਤਿਗੁਰੂ ਜੋ ਅਨੰਦਨ ਹਰ ਹਰ ਨਾਮ ਧਿਆਏ, ਜਿਹੜਾ ਹਰ ਰੋਜ਼ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ, ਯਾਦ ਕਰਦਾ ਹੈ। ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਜਿਹੜਾ ਸਤਿਗੁਰੂ ਨਾਲ ਜੁੜਿਆ ਹੈ, ਬਾਣੀ ਨਾਲ ਜੁੜਿਆ ਹੋਇਆ ਪੂਰਨ ਤੌਰ ਤੇ, ਇਨ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ, ਤੇ ਚੌਥੇ ਪਾਤਸ਼ਾਹ ਮਗਰ ਉਹ ਆਪ ਛੁੱਟਾ ਕੁਟੰਬ ਸਿਉਂ ਆਪਣੇ ਪਰਿਵਾਰ ਸਮੇਤ, ਉਹਦਾ ਤੇ ਛੁਟਕਾਰਾ ਹੈ ਹੀ ਹੈ। ਹਰ ਹਰ ਨਾਮ ਦੇ ਸਭ ਸ੍ਰਿਸ਼ਟ ਛਡਾਏ, ਉਹ ਹਰੀ ਦਾ ਨਾਮ ਦੇ ਕੇ ਭਾਵ ਇਹ ਬਾਣੀ ਨਾਲ ਹੋਰ ਨਾਮ ਵੀ ਜੋੜ ਕੇ ਸਾਰੀ ਸ੍ਰਿਸ਼ਟੀ ਦਾ ਵੀ ਪਾਰ ਉਤਾਰਾ ਕਰਦਾ ਹੈ, ਇਹਨਾਂ ਵਿਕਾਰਾਂ ਤੋਂ ਉਹਨਾਂ ਦਾ ਖਿਹੜਾ ਛਡਾਉਂਦਾ ਹੈ। ਜਨ ਨਾਨਕ ਤਿਸ ਬਲਿਹਾਰਨ ਹੈ ਜੋ ਆਪ ਜਪੈ ਅਵਰਾ ਨਾਮ ਜਪਾਏ। ਚੌਥੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਬਲਿਹਾਰ ਜਾਣਾ ਉਹਨਾਂ ਤੋਂ ਜਿਹੜੇ ਆਪ ਵੀ ਜਪਦਾ ਹੈ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ। ਪੌੜੀ ਇੱਕ ਕੰਧ ਮੂਲ ਚੁਣ ਖਾਏ ਵਣ ਖੰਡ ਵਾਸਾ। ਹੁਣ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਘਰ ਬਾਰ ਛੱਡਿਆ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਉਸ ਸੱਚ ਨੂੰ ਪ੍ਰਾਪਤ ਕਰਨ ਲਈ। ਕਹਿੰਦੇ ਇੱਕ ਤੇ ਉਹ ਲੋਕ ਨੇ ਕੰਧ ਮੂਲ ਚੁਣ ਖਾਏ, ਉਹ ਜੰਗਲਾਂ ਵਿੱਚ ਰਹਿੰਦੇ ਨੇ, ਕੰਧ ਮੂਲ ਚੁਣ ਕੇ ਧਰਤੀ ਤੋਂ ਜੋ ਪੈਦਾ ਮਿਲਿਆ ਫਲ ਫਰੂਟ ਖਾ ਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ। ਵਣ ਖੰਡ ਵਾਸਾ ਤੇ ਮਾਰਕਣੇ ਜੰਗਲਾਂ ਦੀ ਜ਼ਮੀਨ ਵਿੱਚ ਉਹਨਾਂ ਦਾ ਵਾਸਾ ਹੈ। ਇੱਕ ਭਗਵਾਨ ਵੇਸ ਕਰ ਫਿਰੈ ਜੋਗੀ ਸੰਨਿਆਸਾ। ਇੱਕ ਉਹ ਨੇ ਜੋ ਭਗਵਾਨ ਵੇਸ ਕਰਕੇ ਜੋਗੀ ਬਣ ਕੇ ਸੰਨਿਆਸੀ ਬਣ ਕੇ ਘਰ ਬਾਰ ਛੱਡ ਕੇ ਚਲੇ ਗਏ। ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ। ਕਹਿੰਦੇ ਜੰਗਲਾਂ 'ਚ ਵੀ ਚਲੇ ਗਏ, ਘਰ ਬਾਰ ਵੀ ਛੱਡਿਆ, ਜੋਗੀਆਂ ਵਾਲੇ ਕੱਪੜੇ ਵੀ ਪਾ ਲਏ, ਪਰ ਅੰਦਰਲੀਆਂ ਤ੍ਰਿਸ਼ਨਾਵਾਂ ਨਾ ਮੁੱਕੀਆਂ। ਅੰਦਰ ਤ੍ਰਿਸ਼ਨਾ ਬਹੁਤ ਬਹੁਤ, ਅੰਦਰ ਤ੍ਰਿਸ਼ਨਾ ਬੜੀ ਹੈ। ਸਾਧਨ ਭੋਜਨ ਕੀ ਆਸਾ, ਚੰਗੇ ਕੱਪੜੇ ਵਧੀਆ ਤੇ ਚੰਗੇ ਭੋਜਨ ਦੀ ਆਸ ਰੱਖਦੇ ਨੇ, ਫਿਰ ਵੀ ਇਹ ਸਾਡੇ ਜਿਹੜੇ ਕੱਪੜੇ ਨੇ ਉਹ ਵਧੀਆ ਹੋਣੇ ਚਾਹੀਦੇ ਆ, ਚੋਲਾ ਹੈ ਉਹ ਵਧੀਆ ਹੋਣਾ ਚਾਹੀਦਾ, ਜਿਹੜਾ ਭੋਜਨ ਹੈ ਉਹ ਵਧੀਆ ਹੋਣਾ ਚਾਹੀਦਾ। ਕਹਿੰਦੇ ਆਸ਼ਾਵਾਂ ਅੰਦਰ ਇਹ ਨੇ ਕਿ ਸਾਨੂੰ ਇਹ ਚੀਜ਼ਾਂ ਮਿਲਦੀਆਂ ਰਹਿਣ ਜਿਨ੍ਹਾਂ ਦੇ ਘਰ 'ਚ ਅਸੀਂ ਜਾਈਏ। ਮਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ। ਕਹਿੰਦੇ ਫਿਰ ਤੇ ਭਾਈ ਉਹ ਜਨਮ ਹੀ ਵਿਅਰਥ ਗਵਾ ਗਏ, ਨਾ ਗ੍ਰਹਿਸਥੀਆਂ 'ਚ ਰਹੇ ਨਾ ਉਦਾਸੀਆਂ 'ਚ ਰਹੇ, ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ। ਘਰ ਬਾਰ ਵੀ ਛੱਡਿਆ ਸੀ ਪਰ ਮਨ ਵਿੱਚ ਤ੍ਰਿਸ਼ਨਾਵਾਂ ਨੇ। ਕਹਿੰਦੇ ਨਾ ਤਾਂ ਗ੍ਰਹਿਸਥੀ ਬਣ ਸਕੇ ਨਾ ਉਦਾਸੀ ਹੀ ਬਣ ਸਕੇ। ਜਮ ਕਾਲ ਸਿਰੋਂ ਨਾ ਉਤਰੈ ਤ੍ਰਿਪਿਤ ਮਨਸਾ। ਇਹ ਮੌਤ ਦਾ ਡਰ ਉਤਰਦਾ ਨਹੀਂ ਸਿਰ ਤੋਂ, ਤ੍ਰਿਪਿਤ ਮਨਸਾ। ਦੁਨੀਆਂ ਦੇ ਪਦਾਰਥਾਂ ਦੀਆਂ ਬੜੀਆਂ ਮਨਸ਼ਾਵਾਂ ਨੇ, ਅੰਦਰ ਲਾਲਸਾ ਨੇ, ਰਜੋ ਗੁਣ ਤਮੋ ਗੁਣ ਸਤੋ ਗੁਣ ਵਿੱਚ ਲੋਕ ਸਾਡੀ ਵਡਿਆਈ ਕਰਨ, ਲੋਕ ਸਾਡੀ ਉਸਤਤ ਕਰਨ, ਸਾਡੇ ਕੋਲ ਚੰਗੀਆਂ ਕਾਰਾਂ ਹੋਣ, ਵਧੀਆ ਮਕਾਨ ਹੋਣ, ਵਧੀਆ ਡੇਰਾ ਹੋਵੇ, ਇੱਥੇ ਤੱਕ ਜੁੜੇ ਹੋਏ ਬਸ, ਇਸ ਤੋਂ ਅਗਾਂਹ ਨਹੀਂ ਗਏ। ਗੁਰਮਤੀ ਕਾਲ ਨਾ ਨੇੜੇ ਆ ਆਵੈ ਨੇੜੇ ਹੈ। ਕਹਿੰਦੇ ਗੁਰੂ ਦੀਆਂ ਮੱਤਾਂ ਲੈ, ਗੁਰੂ ਦੇ ਉਪਦੇਸ਼ ਲੈ, ਇਹ ਮੌਤ ਦਾ ਡਰ ਤੇਰੇ ਨੇੜੇ ਨਹੀਂ ਢੁੱਕੇਗਾ। ਜਾਂ ਹੋਵੇ ਦਾਸਨ ਦਾਸਾ, ਜਦੋਂ ਤੂੰ ਆਪਣੀ ਹਉਮੈ ਨੂੰ ਮਾਰ ਕੇ ਦਾਸਾਂ ਦਾ ਦਾਸ ਹੋ ਜਾਏਗਾ, ਉਦੋਂ ਇਹ ਜਦੋਂ ਅੰਦਰੋਂ ਤੇਰੇ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ ਤੇ ਪਾਤਸ਼ਾਹ ਕਹਿੰਦੇ ਕਾਲ ਵੀ ਤੇਰੇ ਨਜ਼ਦੀਕ ਨੂੰ ਢੁੱਕੇਗਾ।
ਸੱਚਾ ਸ਼ਬਦ ਸੱਚ ਮਨ ਘਰ ਹੀ ਮੈਂ ਉਦਾਸਾ। ਸੱਚਾ ਸ਼ਬਦ ਗੁਰੂ ਦਾ ਸੱਚ ਮਨ, ਜਦੋਂ ਮਨ ਦੁਆਰਾ ਇਹ ਸੱਚ ਨੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਸ਼ਬਦ ਦੱਦੇ ਥੱਲੇ ਜਦੋਂ ਅੰਕੜ ਆਉਂਦਾ ਹੈ, ਉਹਦਾ ਅਰਥ ਹੈ ਗੁਰੂ ਦੀ ਵਿਚਾਰਧਾਰਾ ਕੀ ਹੈ, ਗੁਰੂ ਦਾ ਮਾਰਗ ਕੀ ਹੈ। ਜਦੋਂ ਉਸ ਮਾਰਗ ਨੂੰ ਇਹਨੇ ਅਪਣਾ ਲਿਆ ਮਨ ਕਰਕੇ, ਘਰ ਹੀ ਮੈਂ ਉਦਾਸਾ, ਕਹਿੰਦੇ ਪਰਿਵਾਰ ਵਿੱਚ ਰਹਿੰਦਾ ਹੋਇਆ ਹੀ ਉਦਾਸ ਸੀ ਇਹ ਭਾਈ, ਉਹਨੂੰ ਘਰ ਬਾਹਰ ਛੱਡਣ ਦੀ ਜ਼ਰੂਰਤ ਨਹੀਂ, ਉਹ ਤੇ ਨਿਰਲੇਪ ਹੋ ਗਿਆ ਪਰਿਵਾਰ ਵਿੱਚ ਰਹਿੰਦਾ ਹੋਇਆ ਹੀ। ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸ਼ਾ। ਤੇ ਗੁਰੂ ਨਾਨਕ ਪਾਤਸ਼ਾਹ ਬਾਰੇ ਕਹਿੰਦੇ ਭਾਈ, ਜਿਹੜੇ ਇਸ ਤਰ੍ਹਾਂ ਆਪਣੇ ਸਤਿਗੁਰੂ ਨੂੰ ਸਿਮਰਦੇ ਨੇ, ਉਹ ਇਹਨਾਂ ਆਸ਼ਾਵਾਂ ਤੋਂ ਨਿਰਾਸ਼ ਹੋ ਜਾਂਦੇ ਨੇ, ਭਾਵ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਆਸ਼ਾ ਪ੍ਰਗਟਦੀ ਨਹੀਂ। ਉਹ ਆਸ਼ਾਵਾਂ ਤ੍ਰਿਸ਼ਨਾਵਾਂ ਤੋਂ ਦੂਰ ਹੋ ਕੇ ਪਰਿਵਾਰ ਵਿੱਚ ਰਹਿੰਦੇ ਹੋਏ ਆਪਣੇ ਸਤਿਗੁਰੂ ਨੂੰ ਸਿਮਰਦੇ ਨੇ, ਉਹਨਾਂ ਨੂੰ ਫਿਰ ਘਰ ਬਾਹਰ ਛੱਡਣ ਦੀ ਜ਼ਰੂਰਤ ਨਹੀਂ। ਉਹ ਸਹੀ ਮਨ ਵਿੱਚ ਉਹ ਆਗੂ ਨੇ, ਉਹ ਆਪਣੇ ਜੀਵਨ ਦਾ ਮਾਰਗ ਹੋਰਾਂ ਨੂੰ ਮਾਰਗ ਪਾਉਂਦੇ ਨੇ, ਉਹ ਇੱਕ ਸਾਡਾ ਮਾਡਲ ਬਣਦੇ ਨੇ, ਜਿਹੜੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੇਤ ਤਿਨ ਕਿਉ ਨਿਰਮਲ ਚੇਤ ਨਾਨਕ ਨਾਉ ਖੁਦਾਇਕਾ ਨਾਨਕ ਨਾਉ ਖੁਦਾਇਕਾ ਦਿਲ ਅੱਛੇ ਮੂਲੇ ਹੋ ਦਿਲ ਅੱਛੇ ਮੁਖਲੇ ਹੋ ਅਵਰ ਦਿਵਾਜੇ ਦੁਨੀ ਕੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਮਹੱਲਾ ਪਹਿਲਾ ਜੇ ਹੋ ਨਾਹੀ ਤਾਂ ਕਿਆ ਆਖਾਂ ਜਾ ਹੋ ਨਾਹੀ ਤਾਂ ਕਿਆ ਆਖਾਂ ਕਿਉ ਨਾਹੀ ਕਿਆ ਹੋਵਾਂ ਕਿਉ ਨਾਹੀ ਕਿਆ ਹੋਵਾਂ ਕਰਨਾ ਕਹਿਆ ਕਥਨਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਤੋਵਾਂ ਭਰਿਆ ਪਰ ਤੋਵਾਂ ਆਪ ਨਾ ਬੂਝਾ ਲੋਕ ਬਜਾਈ ਆਪ ਨਾ ਬੂਝਾ ਲੋਕ ਬਜਾਈ ਐਸਾ ਆਗੂ ਹੋਵਾਂ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੈ ਨਾਨਕ ਅੰਧਾ ਹੋਏ ਕੈ ਦੱਸੇ ਰਾਹੇ ਨਾਨਕ ਅੰਧਾ ਹੋਏ ਕੈ ਦੱਸੇ ਰਾਹੇ ਨਾਨਕ ਅੰਧਾ ਹੋਏ ਕੈ ਦੱਸੇ ਰਾਹੇ ਸਭ ਸਮਹਾਏ ਸਾਥ ਹੈ ਸਭ ਸਮਹਾਏ ਸਾਥ ਹੈ ਅੱਗੇ ਗਿਆ ਮੂਹੇ ਮੂੰਹ ਪਾਏ ਅੱਗੇ ਗਿਆ ਮੂਹੇ ਮੂੰਹ ਪਾਏ ਸੋ ਐਸਾ ਆਗੂ ਜਾਪੈ ਸੋ ਐਸਾ ਆਗੂ ਜਾਪੈ ਪੌੜੀ ਪੌੜੀ ਮਹਾਰੁਤੀ ਸਭ ਤੋਂ ਮਹਾਰੁਤੀ ਸਭ ਤੋਂ ਕੜੀ ਮੂਰਤ ਵਿਚਾਰਾ ਕੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੇ ਨਾ ਪਾਇਓ ਤੂੰ ਗਣ ਤੈ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਜਿਸ ਲਭ ਲੋਭ ਅਹੰਕਾਰਾ ਨਾ ਪੜਿਐ ਨਾ ਬੁਝਿਐ ਨਾ ਪੜਿਐ ਨਾ ਬੁਝਿਐ ਗੁਰਮਤੀ ਵਿਚਾਰਾ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖਟਿਆ ਗੁਰਮਤੀ ਨਾਮ ਤਨ ਖਟਿਆ ਭਗਤੀ ਪਰੇ ਭੰਡਾਰਾ ਭਗਤੀ ਪਰੇ ਭੰਡਾਰਾ ਨਿਰਮਲ ਨਾ
ਨਾਮ ਮੰਨਿਆ, ਨਿਰਮਲ ਨਾਮ ਮੰਨਿਆ, ਹਰ ਸੱਚੈ ਸਚਿਆਰਾ, ਹਰ ਸੱਚੈ ਸਚਿਆਰਾ, ਸਦਾ ਜਿਉ ਪ੍ਰਾਨ ਹੈ, ਜਿਸਦਾ ਜਿਉ ਪ੍ਰਾਨ ਹੈ, ਅੰਤਰ ਜੋਤ ਅਪਾਰਾ, ਅੰਤਰ ਜੋਤ ਅਪਾਰਾ, ਸੱਚਾ ਸ਼ਾਹ ਇੱਕ ਤੂੰ, ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਵਣਜਾਰਾ, ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪੁਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਗੁਰੂ ਨਾਨਕ ਪਾਤਸ਼ਾਹ ਵਾਲੇ ਕਹਿੰਦੇ ਕਿ ਮੁਸਲਮਾਨ ਜਿਹੜੇ ਨੇ, ਜਿਸ ਕੱਪੜੇ ਨੂੰ ਖੂਨ ਲੱਗ ਜਾਏ ਉਹਨੂੰ ਅਪਵਿੱਤਰ ਮੰਨਦੇ ਨੇ। ਇਹ ਕੱਪੜਾ ਹੁਣ ਅਪਵਿੱਤਰ ਹੋ ਗਿਆ, ਇਹ ਪਾਉਣ ਦੇ ਯੋਗ ਨਹੀਂ। ਇੱਥੇ ਮਾਰੇ ਕਹਿੰਦੇ ਜੇ ਰਤ ਲੱਗਿਆ ਕੱਪੜਾ ਜਾਮਾ ਹੋਈ ਪਲੀਤ, ਉਹ ਜਾਮਾ ਉਹ ਪਹਿਰਾਵਾ ਉਹ ਪਲੀਤ ਹੋ ਗਿਆ, ਅਪਵਿੱਤਰ ਹੋ ਗਿਆ, ਪਾਉਣ ਦੇ ਯੋਗ ਨਹੀਂ ਰਿਹਾ। ਜੋ ਰਤ ਪੀਵੈ ਮਾਨਸਾਂ, ਜਿਹੜੇ ਮਨੁੱਖਾਂ ਦੀ ਰਤ ਪੀਂਦੇ ਨੇ, ਭਾਵ ਉਹਨਾਂ ਕੋਲੋਂ ਮਜ਼ਦੂਰੀ ਕਰਾ ਕੇ ਉਹਨਾਂ ਦੀ ਮਜ਼ਦੂਰੀ ਨਹੀਂ ਦਿੰਦੇ, ਉਹਨਾਂ ਦਾ ਹੱਕ ਮਾਰਦੇ ਨੇ, ਉਹਨਾਂ ਦਾ ਰਤ ਨਿਚੋੜਦੇ ਨੇ ਪੂਰੀ ਤਰ੍ਹਾਂ, ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਉਹਨਾਂ ਦਾ ਹਿਰਦਾ ਫਿਰ ਕਿਵੇਂ ਪਵਿੱਤਰ ਹੋ ਸਕਦਾ ਹੈ? ਕਹਿੰਦੇ ਨਹੀਂ, ਉਹਨਾਂ ਦਾ ਹਿਰਦਾ ਕਿਵੇਂ ਪਵਿੱਤਰ ਹੋ ਸਕਦਾ ਹੈ? ਉਹ ਹਿਰਦੇ ਨੂੰ ਕੱਢ ਕੇ ਬਾਹਰ ਕਿਉਂ ਨਹੀਂ ਸੁੱਟਦੇ? ਕੱਪੜਾ ਤਾਂ ਕਹਿੰਦੇ ਨਹੀਂ ਪਾਉਣਾ। ਕਹਿੰਦੇ ਜਿਹੜੇ ਜਿਸ ਹਿਰਦੇ ਨਾਲ, ਜਿਸ ਚਿੱਤਰਾਂ ਨਾਲ ਉਹਨਾਂ ਦੇ ਮਨ 'ਚ ਬੈਠਿਆ ਹੋਇਆ ਪੂਰੀ ਤਰ੍ਹਾਂ, ਉਹ ਨਫ਼ਰਤ ਕਰਦੇ ਨੇ ਇੱਕ ਦੂਜੇ ਨੂੰ, ਕਹਿੰਦੇ ਫਿਰ ਉਹ ਤਾਂ ਪਵਿੱਤਰ ਨਹੀਂ ਨਾ ਹੋਇਆ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁੱਖ ਲਿਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਖੁਦਾ ਦਾ ਨਾਮ ਹੱਛੇ ਦਿਲ ਨਾਲ, ਚੰਗੇ ਦਿਲ ਨਾਲ, ਪਵਿੱਤਰ ਦਿਲ ਨਾਲ ਮੁੱਖ ਤੋਂ ਲੈਣੇ ਕਰ। ਜਦੋਂ ਤੂੰ ਪਵਿੱਤਰ ਮਨ ਨਾਲ ਮੁੱਖ ਤੋਂ ਉਸ ਪਰਮਾਤਮਾ ਦਾ ਨਾਮ ਲਏਗਾ, ਅਬਰ ਦਵਾਜੇ ਦੁਨੀ ਕੇ ਝੂਠੇ ਅਮਲ ਕਰਿਓ। ਇਹ ਬਾਕੀ ਜਿਹੜੇ ਦਵਾਜੇ ਨੇ ਨਾ, ਦਿਖਾਵੇ ਦੇ ਕੰਮ ਨੇ, ਇਹ ਝੂਠੇ ਅਮਲ ਨੇ ਤੇਰੇ ਸਾਰੇ। ਦੁਨੀਆਂ ਨੂੰ ਵਿਖਾਵੇ ਦੇ ਕੰਮ, ਜਿਹੜਾ ਕੰਮ ਵਿਖਾਵੇ ਦਾ ਕਿ ਲੋਕ ਕਹਿਣ ਇਹ ਬਹੁਤ ਵਧੀਆ ਇਨਸਾਨ ਹੈ, ਲੋਕ ਕਹਿਣ ਇਹ ਬੜਾ ਗੁਰਮੁਖ ਹੈ, ਲੋਕ ਕਹਿਣ ਇਹ ਪੱਕਾ ਮੁਸਲਮਾਨ ਹੈ, ਮਰ ਗਏ ਨਹੀਂ, ਇਹ ਦੁਨੀਆਂ ਦੇ ਵਿਖਾਵੇ ਦੀ ਗੱਲ ਨਹੀਂ। ਜਦ ਤੱਕ ਮਨ ਪਵਿੱਤਰ ਨਹੀਂ ਤੇਰਾ, ਪਵਿੱਤਰ ਮਨ ਨਾਲ ਜਦੋਂ ਤੂੰ ਮੁੱਖ ਤੋਂ ਉਸ ਪਰਮਾਤਮਾ ਦੇ ਨਾਮ ਨੂੰ ਉਚਾਰੇਗਾ, ਤਾਂ ਕੂਲ ਹੋਏਗਾ ਉਸ ਮਾਲਕ ਦਰ ਦੇ ਉੱਤੇ। ਮਹੱਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਆਖਾਂ, ਕਿਉਂ ਨਾਹੀਂ ਕਿਆ ਹੋਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੇਰੇ ਦਰ ਦੇ ਉੱਤੇ ਆਇਆ, ਮੇਰੀ ਹਸਤੀ ਕੋਈ ਨਹੀਂ, ਨਾ ਜਾਂ ਹੋ ਨਾਹੀਂ ਮੈਂ ਹੈ ਹੀ ਨਹੀਂ, ਤਾਂ ਕਿਆ ਆਖਾਂ, ਕੀ ਆਖਾਂ ਤੇਰੇ ਬਾਰੇ, ਕਿਉਂ ਨਾਹੀਂ ਕਿਆ ਹੋਵਾਂ। ਤੇ ਮਹਾਰਾਜ ਕਹਿੰਦੇ ਕਿ ਮੈਂ ਕੁਝ ਹੈ ਹੀ ਨਹੀਂ, ਇਹ ਹੋ ਵੀ ਨਹੀਂ ਸਕਦਾ, ਤੇਰੇ ਸਾਹਮਣੇ ਸਾਡੀ ਹਸਤੀ ਹੋਈ ਹੈ ਨਹੀਂ। ਕੀਤਾ ਕਰਨਾ ਕਹਿਆ ਕਥਨਾ, ਜੋ ਤੂੰ ਕਰਦਾ ਹੈ ਤੇਰਾ ਕੀਤਾ ਹੋਇਆ ਅਸੀਂ ਕਰਦੇ, ਜੋ ਤੂੰ ਕਰਾਉਣਾ ਹੈ, ਜੋ ਤੂੰ ਬੁਲਾਉਣਾ ਹੈ ਉਹੀ ਅਸੀਂ ਬੋਲਦੇ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੋਵਾਂ, ਮੈਂ ਤੇ ਭਰਦਾ ਹਰ ਰੋਜ਼ ਵਿਕਾਰਾਂ ਨਾਲ, ਪਾਪਾਂ ਨਾਲ, ਹਰ ਰੋਜ਼ ਧੋਂਦਾ, ਹਰ ਰੋਜ਼ ਉਹਨੂੰ ਫਰੈਸ਼ ਕਰਨ ਦੀ ਕੋਸ਼ਿਸ਼ ਕਰਦਾ, ਪਰਮਾਤਮਾ ਨਾਮ ਲੈਂਦਾ, ਪਰ ਫਿਰ ਵੀ ਇਹ ਸਭ ਕੁਝ ਤੇਰਾ ਕੀਤਾ ਹੀ ਹੈ, ਇਹਦੇ 'ਚ ਮੇਰਾ ਕੁਝ ਵੀ ਨਹੀਂ ਹੈ। ਆਪ ਨਾ ਬੁੱਝਾਂ ਲੋਕ ਬੁਝਾਈ,
ਐਸਾ ਆਗੂ ਹੋਵਾਂ। ਕਹਿੰਦੀ ਮੈਂ ਤਾਂ ਇਹੋ ਜਿਹਾ ਆਗੂ ਬਣ ਗਿਆ, ਆਪ ਤੇ ਬੁੱਝਿਆ ਨਹੀਂ, ਆਪ ਤੇ ਸਮਝਿਆ ਨਹੀਂ, ਹੋਰਾਂ ਨੂੰ ਸਮਝਾਉਣ ਤੁਰ ਪਿਆ, ਇਹੋ ਜਿਹਾ ਆਗੂ ਹੋ ਗਿਆ ਹੁਣ ਅਸੀਂ, ਜਿਹੜੀ ਜਿਹਨੂੰ ਅਸੀਂ ਆਪ ਨਹੀਂ ਜਾਣਿਆ, ਆਨੰਦ ਮਾਣਿਆ ਨਹੀਂ ਉਹਦਾ, ਉਹ ਅਸੀਂ ਹੋਰਾਂ ਨੂੰ ਦੱਸਣ ਤੁਰ ਪਏ, ਕਿਉਂਕਿ ਹੋਰਾਂ ਨੂੰ ਦੱਸਣਾ ਬੜਾ ਸੁਖਾਲਾ ਹੈ, ਆਪ ਅਮਲ ਕਰਨਾ ਔਖਾ ਹੈ। ਕਹਿੰਦੇ ਸਾਡੇ ਜਿਹੜੇ ਆਗੂ ਨੇ ਉਹ ਇਸ ਤਰ੍ਹਾਂ ਦੇ ਹੋ ਗਏ, ਉਦੋਂ ਵੀ ਸੀ, ਅੱਜ ਤੋਂ 550 ਸਾਲ ਪਹਿਲਾਂ ਵੀ ਇਹੀ ਹਾਲ ਸੀ, ਅੱਜ ਵੀ ਇਹੋ ਹਾਲ। ਇਹ ਗੱਲ ਮਹਾਰਾਜ ਬਾਣੀ ਚ ਵੇਖੋ 500 ਸਾਲ ਪਹਿਲਾਂ ਲਿਖਦੇ ਪਏ ਨੇ, ਉਦੋਂ ਵੀ ਮਨੁੱਖ ਦਾ ਇਹੀ ਹਾਲ ਸੀ, ਧਾਰਮਿਕ ਖੇਤਰ ਵਿੱਚ ਅੱਜ ਵੀ ਹਾਲ ਹੀ ਹੋਈ ਹੈ। ਅਸੀਂ ਸਮਝਾਉਣ ਦੇ ਉੱਤੇ ਪੂਰਾ ਜ਼ੋਰ ਲਾਇਆ, ਅਮਲ ਨਹੀਂ। ਜਿੰਨਾ ਸਮਝਾਉਣ ਤੇ ਸਾਡਾ ਜ਼ੋਰ ਲੱਗਿਆ ਹੋਇਆ, ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਕਿ ਜਿੰਨੇ ਅਖੰਡ ਪਾਠ, ਜਿੰਨੇ ਡੇਰੇ, ਜਿੰਨੇ ਵੀ ਸਾਰੇ ਪੰਜਾਬ ਵਿੱਚ ਹੋ ਰਹੇ ਨੇ, ਆਖਰ ਨੂੰ ਲੈ ਤੇ ਪਰਮਾਤਮਾ ਨਾਮ ਹੀ ਰਹੇ ਨੇ, ਪਰ ਹੈਰਾਨੀ ਹੁੰਦੀ ਹੈ ਕਿ ਸਭ ਤੋਂ ਜ਼ਿਆਦਾ ਸ਼ਰਾਬ ਪੰਜਾਬ 'ਚ ਹੀ ਵਿਕਦੀ। ਫਿਰ ਉਹ ਪੀਣ ਵਾਲੇ ਕਿੱਥੋਂ ਆਉਂਦੇ ਨੇ? ਬਾਹਰੋਂ ਤਾਂ ਨਹੀਂ ਆਉਂਦੇ ਪਾਕਿਸਤਾਨ ਤੋਂ, ਇਹਦਾ ਮਤਲਬ ਅੰਦਰੋਂ ਅਸੀਂ ਕੁਝ ਹੋਰ ਹਾਂ, ਬਾਹਰੋਂ ਕੁਝ ਹੋਰ ਹਾਂ, ਕਹਿੰਦੇ ਕੁਝ ਹੋਰ ਹਾਂ, ਕਰਦੇ ਕੁਝ ਹੋਰ ਹਾਂ। ਇਕੱਲੇ ਉਪਦੇਸ਼ ਦੇਣ ਨਾਲ ਕੁਝ ਨਹੀਂ ਬਣੇਗਾ, ਜਦ ਤੱਕ ਪ੍ਰੈਕਟੀਕਲੀ ਆਪ ਉਹਦੇ 'ਤੇ ਅਮਲ ਕਰਕੇ ਨਹੀਂ ਤੁਰਦੇ, ਤਦ ਤੱਕ ਉਪਦੇਸ਼ ਨਹੀਂ ਦਿੱਤਾ ਜਾ ਸਕਦਾ, ਤਦ ਤੱਕ ਉਕਰਿਆ ਨਹੀਂ ਜਾ ਸਕਦਾ। ਇੱਥੇ ਮਹਾਰਾਜ ਸਮਝਾਉਂਦੇ ਨੇ ਸਾਨੂੰ, ਨਾਨਕ ਅੰਧਾ ਹੋਏ ਕੈ, ਇੱਥੇ ਵਿਸ਼ਰਾਮ ਅਰਧ ਵਿਸ਼ਰਾਮ ਨਾਨਕ 'ਤੇ ਲੱਗਦਾ। ਜੇ ਅਸੀਂ ਪੜ੍ਹ ਦਿਆਂਗੇ ਨਾਨਕ ਅੰਧਾ ਹੋਏ ਕੈ, ਨਾਨਕ ਨਹੀਂ ਅੰਧਾ ਭਾਈ, ਅੰਧੇ 'ਤੇ ਅਸੀਂ ਆਗੂਆਂ ਦੀ ਗੱਲ ਕਰਦੇ ਹਾਂ ਮਹਾਰਾਜ ਇੱਥੇ। ਨਾਨਕ ਅੰਧਾ ਹੋਏ ਕੈ ਦੱਸੇ ਰਾਹ, ਕਹਿੰਦੇ ਆਪ ਤੇ ਗਿਆਨ ਤੋਂ ਹੀਣਾ ਅੰਨਾ ਤੇ ਲੋਕਾਂ ਨੂੰ ਰਾਹ ਪਿਆ ਦੱਸਦਾ। ਤੁਸੀਂ ਆਪ ਹੀ ਵੇਖੋ ਕਿ ਜੇ ਕੋਈ ਰਸਤੇ ਵਿੱਚ ਖੜੋਤਾ ਅੰਨਾ ਦੱਸ ਰਿਹਾ ਹੋਵੇ ਕਿ ਆਹ ਰਸਤਾ ਇੱਧਰ ਨੂੰ ਜਾਂਦਾ, ਆਹ ਰਸਤਾ ਉੱਧਰ ਨੂੰ ਜਾਂਦਾ, ਕੀ ਅਸੀਂ ਚੱਲ ਜਾਂਗੇ ਉਹਦੇ ਕਹੇ ਤੋਂ? ਕਹਿੰਦੇ ਜਦ ਦੱਸਣ ਵਾਲੇ ਅੰਨਾ ਗਿਆਨ ਤੋਂ ਹੀਣਾ, ਗਿਆਨ ਤੋਂ ਹੀਣਾ ਮਨੁੱਖ ਆਗੂ ਬਣਿਆ ਹੋਇਆ, ਕਹਿੰਦੇ ਉਹ ਰਾਹ ਦੱਸਦਾ ਪਿਆ। ਸਭ ਸਮੁਹਾਏ ਸਾਥ ਹੈ, ਕਹਿੰਦੇ ਉੱਥੇ ਸਾਰੇ ਦੇ ਸਾਥ ਪੂਰੇ ਦੇ ਪੂਰ ਨੂੰ ਮੁਹਾਏ ਸਾਥ ਹੈ, ਉੱਥੇ ਭਾਈ ਸਾਰਿਆਂ ਨੂੰ ਹੀ ਉਲਟੇ ਰਾਹ ਪਾ ਦੇਗਾ। ਇੱਥੇ ਮੈਂ ਕਹਿੰਦੇ ਸਾਰਿਆਂ ਨੂੰ ਠੱਗ ਲਏਗਾ, ਉਹਦੇ ਪੂਰੇ ਦੇ ਪੂਰੇ ਸਾਥ ਠੱਗਿਆ ਜਾਏਗਾ, ਆਪ ਤੇ ਉਲਟਰਾ ਪਿਆ ਹੀ ਹੋਇਆ ਉਹ। ਇਸ ਕਰਕੇ ਜਿਹਦੇ ਉਹਦੇ ਪਿੱਛੇ ਤੁਰਨਗੇ ਉਹ ਵੀ ਤਾਂ ਉੱਧਰ ਨੂੰ ਜਾਣਗੇ ਨਾ। ਅੱਗੇ ਗਿਆ ਮੂਹੇ ਮੂੰਹ ਪਾਏ, ਸੋ ਐਸਾ ਆਗੂ ਜਾਪੈ, ਜਿਹੜਾ ਫਿਰ ਇਹੋ ਜਿਹਾ ਆਗੂ ਹੈ ਨਾ, ਗਿਆਨ ਤੋਂ ਹੀਣਾ, ਹੋਰਾਂ ਨੂੰ ਦੱਸਦਾ। ਮੁਹਾਵਰਾ ਇੱਕ ਬੜਾ ਵਧੀਆ ਪੰਜਾਬੀ ਦਾ ਕਿ ਆਪ ਨਾ ਵਸੀ ਸਹੁਰੇ ਤੇ ਲੋਕੀ ਮਤੀ ਦੇ, ਆਪ ਤੇ ਤੁਰਿਆ ਨਹੀਂ ਉੱਧਰ ਨੂੰ, ਲੋਕਾਂ ਨੂੰ ਉਪਦੇਸ਼ ਦੇ ਰਿਹਾ ਕਿ ਇੰਝ ਕਰੋ, ਤੁਸੀਂ ਇੰਝ ਕਰੋ, ਇੰਝ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਇੰਝ ਕਰਨ ਨਾਲ ਮਨ ਨੂੰ ਸ਼ਾਂਤੀ ਆਉਂਦੀ। ਤੇ ਜਦੋਂ ਅਸੀਂ ਘਰ ਜਾ ਕੇ ਵੇਖਿਆ ਤੇ ਘਰ ਆਪ ਖਲਾਰਾ ਪਿਆ ਹੋਇਆ, ਆਪ ਘਰ ਵਿੱਚ ਝਗੜੇ ਖੜੇ ਕੀਤੇ ਹੋਏ, ਕਹਿੰਦੇ ਉਹ ਆਗੂ ਨਹੀਂ ਚਾਹੀਦੇ ਸਾਨੂੰ। ਇੱਥੇ ਵਗਦੇ ਆਪ ਦੇ ਠੱਗੇ ਹੀ ਠੱਗਿਆ ਗਿਆ, ਹੋਰਨਾਂ ਨੂੰ ਵੀ ਅੱਗੋਂ ਠੱਗੇ ਗਏ, ਉਹ ਪਾਸੇ ਵੀ ਦੁਨੀਆਂ ਨੂੰ ਇਸ ਪੁੱਠੇ ਰਾਹ ਤੇ ਪਾਉਂਦਾ। ਅੱਗੇ ਗਿਆ ਮੂੰਹੇ ਮੂੰਹ ਪਾਏ, ਕਹਿੰਦੇ ਜਦੋਂ ਅੱਗੇ ਜਾਂਦਾ ਉਸ ਮਾਲਕ ਦਰ ਤੇ ਪਹੁੰਚਦਾ, ਇਹੋ ਜਿਹਾ ਇਨਸਾਨ ਜਿਹੜਾ, ਇਹੋ ਜਿਹਾ ਆਗੂ ਜਿਹੜਾ ਹੈ, ਕਹਿੰਦੇ ਫਿਰ ਮੂੰਹ ਤੇ ਚਪੇੜਾ ਹੀ ਖਾਂਦਾ ਭਾਈ। ਸੋ ਐਸਾ ਆਗੂ ਜਾਪੈ, ਇਹੋ ਜਿਹਾ ਆਗੂ ਉੱਥੇ ਜਾਪਿਆ ਜਾਂਦਾ, ਉੱਥੇ ਜਾਣਿਆ ਜਾਂਦਾ ਜਦੋਂ ਉਹਨੂੰ ਸਜ਼ਾ ਮਿਲਦੀ, ਜਦੋਂ ਉਸ ਮਾਲਕ ਦਰ ਤੋਂ ਚਪੇੜਾ ਖਾਂਦਾ। ਪੌੜੀ ਮਹਾਰੁੱਤੀ ਸਭ ਤੋਂ ਘੜੀ ਮੂਰਤ ਵਿਚਾਰਾ, ਮਹਾਂ
ਮਹੀਨੇ ਰੁੱਤੀ ਰੁੱਤਾਂ ਘੜੀ ਮੂਰਤ ਦੋ ਘੜੀਆਂ ਇਹ ਪ੍ਰਭੂ ਤੇਰੀ ਮੈਂ ਵਿਚਾਰ ਕਰਦਾ ਹਾਂ। ਤੂੰ ਗਣਤੈ ਕਿਨੇ ਨਾ ਪਾਇਓ ਸੱਚੇ ਲੱਖ ਪਾਰਾ, ਪਰ ਹੇ ਵਾਹਿਗੁਰੂ ਤੈਨੂੰ ਕਿਸੇ ਨੇ ਗਿਣਤੀਆਂ ਨਾਲ ਨਹੀਂ ਪਾਇਆ ਤੇ ਨਾ ਹੀ ਤੂੰ ਗਿਣਤੀਆਂ ਨਾਲ ਪਾਇਆ ਜਾ ਸਕਦਾ, ਪਰ ਸਾਡਾ ਜੋਰ ਸਾਰਾ ਗਿਣਤੀਆਂ ਤੇ ਲੱਗਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਗਿਣਤੀਆਂ ਤੋਂ ਸਾਨੂੰ ਤੇਰੇ ਨਾਲ ਜੋੜਿਆ, ਜਦੋਂ ਤੋੜਦੇ ਤੇ ਜਦੋਂ ਤੇਰਾ ਆ ਗਿਆ ਤੇ ਤੇਰਾ ਤੇਰਾ ਕਰਕੇ ਤੇਰੇ ਨਾਲ ਜੋੜ ਦਿੱਤਾ, ਅਸੀਂ ਤੇਰੇ ਤੋਂ ਮੁੜ ਕੇ ਫਿਰ ਗਿਣਤੀਆਂ ਤੇ ਆ ਗਏ। ਤੇਰਾ ਤੋਂ ਤੇਰਾ ਹੋ ਗਿਆ ਤੇ ਅਸੀਂ ਤੇਰਾ ਤੋਂ ਮੁੜ ਕੇ ਫਿਰ ਗਿਣਤੀਆਂ ਤੁਰ ਪਏ। ਇਹ ਸਮਝਣ ਵਾਲੀ ਗੱਲ ਹੈ ਮਹਾਰਾਜ ਨੇ ਜਦੋਂ ਤੇਰਾ ਲਫ਼ਜ਼ ਬੋਲਿਆ ਤਾਂ ਉੱਥੇ ਤੇਰਾ ਤੇ ਰੁਕ ਗਏ ਤੇ ਤੇਰਾ ਤੇਰਾ ਹੀ ਹੋ ਗਏ, ਬਸ ਤੇਰਾ ਨੂੰ ਤੇਰੇ ਹੀ ਕਹਿ ਦਿੱਤਾ, ਬਸ ਸਾਨੂੰ ਤੇਰੇ ਨਾਲ ਜੋੜ ਦਿੱਤਾ। ਇੱਥੇ ਹੁਣ ਇਹ ਗੱਲ ਮਹਾਰਾਜ ਨੇ ਗਿਣਤੀ, ਤੂੰ ਗਣਤਾ ਕਿਨੇ ਨਾ ਪਾਇਓ ਸੱਚੇ ਅਲੱਖ ਅਪਾਰਾ, ਇਹ ਸੱਚਿਆ ਤੂੰ ਅਲੱਖ ਹੈ, ਦੇਖੇ ਤੋਂ ਬਾਹਰ ਹੈ, ਤੇਰਾ ਕੋਈ ਪਾਰਾ ਵਾਰ ਨਹੀਂ, ਪਰ ਤੈਨੂੰ ਕੋਈ ਗਿਣਤੀਆਂ ਨਾਲ ਨਹੀਂ ਪਾ ਸਕਦਾ। ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋ ਅਹੰਕਾਰਾ, ਤੇ ਮਾਰੇ ਕਹਿੰਦੇ ਫਿਰ ਉਹ ਪੜਿਆ ਲਿਖਿਆ ਮੂਰਖ ਸਮਝੋ ਜਿਹਦੇ ਅੰਦਰ ਲੋਭ ਹੈ, ਲਾਲਚ ਹੈ ਤੇ ਹੰਕਾਰ ਹੈ, ਤੇ ਉਹਨਾਂ ਦੀ ਗਿਣਤੀ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ ਹੈ। ਪੜ੍ਹੇ ਲਿਖੇ ਲੋਕ ਬਹੁਤ ਨੇ ਪਰ ਇਹ ਲਾਲਚ, ਲੋਭ ਤੇ ਹੰਕਾਰ ਨਾਲ ਭਰੇ ਹੋਏ, ਅਸੀਂ ਉਹਨਾਂ ਨੂੰ ਪੜ੍ਹੇ ਨਹੀਂ ਕਹਿ ਸਕਦੇ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਉਹ ਤੇ ਫਿਰ ਮੂਰਖ ਨੇ। ਪੜ੍ਹਿਆ ਮੂਰਖ ਆਖੀ ਹੈ ਕਿਉਂਕਿ ਪੜ੍ਹਨ ਕਰਕੇ ਕੀ ਕਰਨਾ ਸੀ, ਪੱਟੀ ਲਿਖੀ ਮਹਾਰਾਜ ਨੇ ਬਾਣੀ ਜਿਹੜੀ ਹੈ ਨਾ, ਮੇਰੇ ਹਿਸਾਬ ਨਾਲ ਇਹ ਬਾਣੀ ਯੂਨੀਵਰਸਿਟੀਆਂ ਵਿੱਚ ਅਰਥਾਂ ਸਮੇਤ ਲਿਖੀ ਹੋਣੀ ਚਾਹੀਦੀ ਬੋਰਡਾਂ ਦੇ ਉੱਤੇ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਵਟ ਮੀਨਸ ਆਫ ਐਜੂਕੇਸ਼ਨ, ਪੜ੍ਹਾਈ ਦੇ ਮੀਨਿੰਗ ਕੀ ਨੇ, ਵਿੱਦਿਆ ਦੇ ਕੀ ਅਰਥ ਨੇ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜਦੋਂ ਵਿੱਦਿਆ ਨੂੰ ਵਿਚਾਰਨਾ ਸੀ, ਵਿਚਾਰਨ ਤੋਂ ਬਾਅਦ ਬੰਦਾ ਪਰਉਪਕਾਰੀ ਹੋਣਾ ਚਾਹੀਦਾ ਸੀ, ਸੈਲਫਿਸ਼ ਨਹੀਂ ਹੋਣਾ ਚਾਹੀਦਾ ਸੀ। ਪਰ ਅੱਜ ਅਸੀਂ ਵੇਖ ਰਹੇ ਹਾਂ ਕਿ ਪੜ੍ਹ ਲਿਖ ਕੇ ਬੰਦਾ ਸੈਲਫਿਸ਼ ਹੋ ਗਿਆ, ਲੋਭੀ ਹੋ ਗਿਆ, ਲਾਲਚ ਹੋ ਗਿਆ। ਅਸੀਂ ਪੜ੍ਹਾਈ ਨੂੰ ਇਹ ਮੰਨ ਲਿਆ ਕਿ ਇਹ ਇੰਨਾ ਖਰਚਾ ਅਸੀਂ ਇਹਦੀ ਪੜ੍ਹਾਈ 'ਤੇ ਕੀਤਾ, ਇਹਦੇ 'ਚੋਂ ਕੀ ਕਮਾਏਗਾ, ਇਹਦੀ ਤਨਖਾਹ ਕਿੰਨੀ ਹੋਏਗੀ, ਅਸੀਂ ਉਹਨੂੰ ਤੋੜਤਾ ਪੜ੍ਹਾਈ। ਜਦਕਿ ਪੜ੍ਹਨ ਲਿਖਣ ਨਾਲ ਸਾਨੂੰ ਇਹ ਹੋਣਾ ਚਾਹੀਦਾ ਸੀ ਕਿ ਇਹ ਪੜ੍ਹ ਲਿਖ ਕੇ ਇੱਕ ਵਧੀਆ ਇਨਸਾਨ ਬਣਿਆ, ਇੱਕ ਸੱਚਾ ਸੁੱਚਾ ਇਨਸਾਨ ਬਣਿਆ, ਇਹ ਲੱਭ ਲੋਭ ਲਾਲਚ ਤੇ ਹੰਕਾਰ ਤੋਂ ਸੱਖਣਾ ਹੋ ਗਿਆ, ਇੱਕ ਬਹੁਤ ਵਧੀਆ ਇਨਸਾਨ ਬਣਨਾ ਸੀ। ਇੱਥੇ ਫਿਰ ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਕਿ ਭਾਈ ਇਹ ਪੜ੍ਹਿਆ ਲਿਖਿਆ ਹੈ, ਇਹਨਾਂ ਨੂੰ ਮੂਰਖ ਆਖਾਂਗੇ, ਜਿਸ ਲੱਭ ਲੋਭ ਹੰਕਾਰਾ ਨਾ ਉਹ ਪੜ੍ਹੀ ਹੈ ਨਾ ਉਹ ਬੁੱਝੀ ਹੈ ਗੁਰਮਤੀ ਵਿਚਾਰਾ। ਫਿਰ ਕੀ ਪੜ੍ਹਨਾ ਸੀ, ਨਾ ਉਹ ਪੜ੍ਹੀ ਹੈ ਨਾ ਉਹਨੂੰ ਪੜ੍ਹਨਾ ਸੀ, ਨਾ ਉਹ ਕੀ ਨੇ ਪਰਮਾਤਮਾ ਦੇ ਗੁਣ, ਉਹਨਾਂ ਨੂੰ ਪੜ੍ਹਨਾ ਸੀ, ਉਹਨਾਂ ਨਾਲ ਸਾਂਝ ਪਾਉਣੀ ਸੀ, ਨਾ ਉਹ ਬੁੱਝੀ ਹੈ ਨਾ ਉਹਨੂੰ ਬੁੱਝਣਾ ਸੀ ਸਮਝਣਾ ਸੀ, ਤੇ ਅਸੀਂ ਤੋਤਾ ਰਟਨ ਕਰ ਲਿਆ ਉਹਦਾ, ਨਾ ਉਹ ਤੋਤਾ ਰਟਨ ਨਹੀਂ, ਨਾ ਉਹਨੂੰ ਤਾਂ ਬੁੱਝਣਾ ਸੀ ਕਿ ਨਾਮੀ ਨਾਲ ਉਹਦੇ ਗੁਣ ਪੈਦਾ ਕਰਕੇ ਹੀ ਜੁੜਿਆ ਜਾ ਸਕਦਾ, ਜਿਹਦਾ ਅਸੀਂ ਨਾਮ ਜਪਦੇ ਹਾਂ, ਨਾਮੀ ਦੇ ਗੁਣਾਂ ਦੀ ਸਾਂਝ ਪਾ ਕੇ ਉਹਨੂੰ ਉਹਨਾਂ ਜੁੜਿਆ ਜਾ ਸਕਦਾ ਸੀ, ਕਿਹਨੇ ਬੁੱਝਣਾ ਸੀ, ਕਾਹਦੇ ਨਾਲ, ਗੁਰਮਤੀ ਵਿਚਾਰਾ, ਗੁਰੂ ਦੀ ਮੱਤਾਂ ਲੈ ਕੇ ਇਹ ਵਿਚਾਰ ਕਰਨੀ ਸੀ। ਤਾਂ ਹੀ ਮਹਾਰਾਜ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਆਪਣੀਆਂ ਸਿਆਣਪਾਂ ਚਤੁਰਾਈਆਂ ਛੱਡਣੀਆਂ ਸਨ ਪਰ ਅਸੀਂ ਛੱਡੀਆਂ ਨੇ, ਅਸੀਂ ਬਾਣੀ ਨਾਲ ਨਹੀਂ ਜੁੜੇ, ਇਸ ਕਰਕੇ ਧੱਕੇ ਖਾਂਦੇ ਪਏ ਹਾਂ।
ਮੇਨ ਕਾਰਨ ਸਾਡਾ ਇਹੋ ਹੀ ਹੈ। ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ, ਜਿਨ੍ਹਾਂ ਨੇ ਉਸ ਨਿਰਮਲ ਨਾਮ ਨੂੰ ਜਿਹੜਾ ਕਿ ਪਵਿੱਤਰ ਹੈ, ਪਰਮਾਤਮਾ ਦੇ ਗੁਣ ਦਿਆਲੂ ਹੈ, ਕਿਰਪਾਲੂ ਹੈ, ਮਿੱਠ ਬੋਲੜਾ ਹੈ, ਔਗੁਣ ਨਹੀਂ ਚਦਾਰਦਾ, ਬਖਸ਼ਿੰਦ ਹੈ, ਨਿਰਭਉ ਹੈ, ਨਿਰਵੈਰ ਹੈ, ਉਸ ਨਾਮ ਨੂੰ ਜਿਨ੍ਹਾਂ ਨੇ ਮੰਨ ਲਿਆ, ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਦਰ ਸੱਚਾ ਸਚਿਆਰਾ, ਉਸ ਮਾਲਕ ਦੇ ਦਰ ਦੇ ਉੱਤੇ ਸਹੀ ਮਨਾਂ ਵਿੱਚ ਉਹ ਸਚਿਆਰ ਨੇ, ਕਿਉਂਕਿ ਸਚਿਆਰ ਜੀਵਨ ਬਣਾ ਕੇ ਹੀ ਉਹ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਆਪਾਂ ਪੜ੍ਹਦੇ ਹਾਂ ਕਿ ਸਚਿਆਰਾਂ ਹੋਈਐ ਕਿ ਵਿਕੂੜੈ ਟੁੱਟੈ ਪਾਲ ਰਜ਼ਾਈ ਚੱਲਣ ਨਾਨਕ ਲਿਖਿਆ ਨਾਮ। ਜਿਨ੍ਹਾਂ ਨੇ ਉਹਦੀ ਹੁਕਮ ਤੇ ਰਜ਼ਾ ਨੂੰ ਮੰਨ ਲਿਆ, ਮੰਨ ਕੇ ਤੁਰੇ ਜਿਹੜੇ ਸਹੀ ਮਨਿਆਂ ਵਿੱਚ ਨਾਮ ਨੂੰ, ਉਹ ਦਰ ਦੇ ਉੱਤੇ ਸਚਿਆਰ ਨੇ। ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ, ਇਹ ਜਿਹਦਾ ਜੀਉ ਹੈ ਇਹ ਪ੍ਰਾਣ ਉਹਦੇ ਨੇ, ਕਿਉਂਕਿ ਸਾਡੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਜਿਹਦੀ ਅੰਦਰ ਜੋਤ ਹੈ, ਜਿਹਦਾ ਕੋਈ ਪਾਰਾਵਾਰ ਨਹੀਂ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣ ਜਾ ਰਹਾ, ਇਹ ਪ੍ਰਭੂ ਇਹ ਸਾਰਾ ਕੁਝ ਤੇ ਤੂੰ ਦਿੱਤਾ ਹੈ, ਕਿਉਂਕਿ ਸੱਚਾ ਸ਼ਾਹ ਉਹ ਕਾਰ ਤੇ ਤੂੰ ਹੀ ਹੋਈ ਹੈ, ਇਹ ਦਾਤਾਂ ਦੇਣ ਵਾਲਾ, ਇਹ ਸਾਹ ਦੇਣ ਵਾਲਾ, ਇਹ ਜ਼ਿੰਦਗੀ ਦੇਣ ਵਾਲਾ। ਬਾਕੀ ਜਗਤ ਤੇ ਸਾਰਾ ਵਣਜਾਰਾ ਹੈ, ਵਣਜ ਕਰਨ ਆਇਆ, ਤੇਰੇ ਕੋਲ ਵਪਾਰ ਕਰਨ ਵਾਲੇ ਆਏ ਨੇ, ਬਾਕੀ ਸਾਰਾ ਜਗਤ ਤੇਰੇ ਨਾਲ ਵਪਾਰ ਕਰਦਾ ਹੈ, ਕਿਉਂਕਿ ਇੱਕੋ ਦਾਤਾ ਤੂੰ ਹੀ ਹੋਏ ਸਾਰਿਆਂ ਦਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਇਸ ਕਰਕੇ ਇਹ ਗੱਲ ਤੁਹਾਨੂੰ ਮਹਾਰਾਜ ਬਾਰ ਬਾਰ ਚੇਤੇ ਕਰਾਉਂਦੇ ਨੇ ਕਿ ਦਾਤਾ ਸ਼ਾਹੂਕਾਰ ਇੱਕੋ ਹੀ ਹੈ, ਬਾਕੀ ਸਾਰਾ ਜਗਤ ਬਣ ਜਾ ਰਿਹਾ ਹੈ। ਭਾਈ ਸੋਖ ਮਹੱਲਾ ਪਹਿਲਾ, ਸੋਖ ਮਹੱਲਾ ਪਹਿਲਾ, ਹੀਰ ਮਸੀਤ ਸਿਦਕ ਮੁਸੱਲਾ, ਹੀਰ ਮਸੀਤ ਸਿਦਕ ਮੁਸੱਲਾ, ਅਕ ਹਲਾਲ ਕੁਰਾਨ, ਅਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਸਰਮ ਸੁਨਤ ਸੀਲ ਰੋਜਾ, ਮੁਸਲਮਾਨ ਓ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਰਨੀ ਕਾਬਾ ਸੱਚ ਪੀਰ, ਕਰਮਾ ਕਰਮ ਨਿਵਾਜ, ਕਰਮਾ ਕਰਮ ਨਿਵਾਜ, ਦਸਵੀ ਸਾਥ ਇਸ ਪਾਵਸੀ, ਦਸਵੀ ਸਾਥ ਇਸ ਪਾਵਸੀ, ਨਾਨਕ ਰੱਖਿਆ ਲਾਜ, ਨਾਨਕ ਰੱਖਿਆ ਲਾਜ, ਮਹੱਲਾ ਪਹਿਲਾ, ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਗੁਰ ਪੀਰ ਹਾਮਾ ਤਾਂ ਪਰੇ, ਜਾ ਮੁਰਦਾਰ ਨਖਾਏ, ਜਾ ਮੁਰਦਾਰ ਨਖਾਏ, ਗੱਲੀ ਪਿਸਤ ਨ ਜਾਈਏ, ਗੱਲੀ ਪਿਸਤ ਨ ਜਾਈਏ, ਸੱਚ ਕਮਾਏ, ਛੁਪੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ, ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨ ਜਾਏ, ਹੋਏ ਹਲਾਲ ਨ ਜਾਏ, ਨਾਨਕ ਗੱਲੇ ਕੂੜੀਏ ਕੂੜੀ, ਨਾਨਕ ਗੱਲੇ ਕੂੜੀ, ਕੂੜੋ ਪੱਲੇ ਪਾਏ, ਕੂੜੋ ਪੱਲੇ ਪਾਏ, ਮਹੱਲਾ ਪਹਿਲਾ, ਮਹੱਲਾ ਪਹਿਲਾ, ਪੰਜ ਨਿਵਾਜਾ ਵਕਤ ਪੰਜ, ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਉ, ਪੰਜਾ ਪੰਜੇ ਨਾਉ, ਪਹਿਲਾ ਸੱਚ ਹੈ
ਹਲਾਲ ਦੋਏ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸ ਮਨ, ਚੌਥੀ ਨੀਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੈ, ਕਰਨੀ ਕਲਮਾ ਆਖ ਕੈ, ਮੁਸਲਮਾਨ ਸਦਾਏ, ਨਾ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ, ਨਾਨਕ ਜੇਤੇ ਕੂੜਿਆਰ, ਕੂੜੇ ਕੂੜੀ ਪਾਏ, ਕੂੜੇ ਕੂੜੀ ਪਾਏ, ਪੌੜੀ ਪੌੜੀ, ਇੱਕ ਰਤਨ ਪਦਾਰਥ ਬਣਜ ਦੇ, ਇੱਕ ਰਤਨ ਪਦਾਰਥ ਬਣਜ ਦੇ, ਕੱਚਾ ਦੇਵਾ ਪਾਰਾ, ਇੱਕ ਕੱਚਾ ਦੇਵਾ ਪਾਰਾ, ਸਤਿਗੁਰ ਦੁੱਠੇ ਪਾਇਨ, ਸਤਿਗੁਰ ਦੁੱਠੇ ਪਾਇਨ, ਅੰਦਰ ਰਤਨ ਭੰਡਾਰਾ, ਅੰਦਰ ਰਤਨ ਭੰਡਾਰਾ, ਬਿਨ ਸਤਿਗੁਰ ਕਿਨੇ ਨ ਲੱਭਿਆ, ਬਿਨ ਗੁਰ ਕਿਨੇ ਨ ਲੱਭਿਆ, ਅੰਦੇ ਪੌਂਕ ਮੂਏ ਕੂੜਿਆਰਾ, ਅੰਦੇ ਪੌਂਕ ਮੂਏ ਕੂੜਿਆਰਾ, ਮਨਮੁਖ ਦੂਜੇ ਪਚਮੂਏ, ਮਨਮੁਖ ਦੂਜੇ ਪਚਮੂਏ, ਨਾ ਬੂਝੇ ਵਿਚਾਰਾ, ਨਾ ਬੂਝੇ ਵਿਚਾਰਾ, ਇੱਕ ਸਵਾਜੋ ਦੂਜਾ ਕੋ ਨਹੀਂ, ਇੱਕ ਸਵਾਜੋ ਦੂਜਾ ਕੋ ਨਹੀਂ, ਇਸ ਅੱਗੇ ਕਰੇ ਪੁਕਾਰਾ, ਇਸ ਅੱਗੇ ਕਰੇ ਪੁਕਾਰਾ, ਇੱਕ ਨਿਰਤਨ ਸਦਾ ਪੌਂਕ ਦੇ, ਇੱਕ ਨਿਰਤਨ ਸਦਾ ਪੌਂਕ ਦੇ, ਇੱਕ ਨਾਮ ਪਰੇ ਤੁਜਾਰਾ, ਇੱਕ ਨਾਮ ਪਰੇ ਤੁਜਾਰਾ, ਬਿਨ ਨਾਵੈ ਹੋਰ ਤਨ ਨਾਹੀ, ਬਿਨ ਨਾਵੈ ਹੋਰ ਤਨ ਨਾਹੀ, ਹੋਰ ਵਿਖਿਆ ਸਭ ਸਾਰਾ, ਹੋਰ ਵਿਖਿਆ ਸਭ ਸਾਰਾ, ਨਾਨਕ ਆਪ ਕਰਾਏ, ਕਰੇ ਆਪ, ਨਾਨਕ ਆਪ ਕਰਾਏ ਕਰੇ ਆਪ, ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨ ਹਾਰਾ, ਹੁਕਮ ਸਵਾਰਨ ਹਾਰਾ। ਸਲੋਕ ਮਹਲਾ ਪਹਿਲਾ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ, ਉਹ ਮਸੀਤ ਜਾਂਦੇ, ਕਹਿੰਦੇ ਮਿਹਰ, ਉਸ ਮਾਲਕ ਦੀ ਮਿਹਰ ਜਿਹੜੀ ਹੈ, ਇਹ ਤੇਰੀ ਮਸੀਤ ਹੋ ਜਾਏ, ਮਿਹਰ ਰੱਖੇ ਸਭ ਉੱਤੇ, ਮਿਹਰ ਦੀ ਨਜ਼ਰ ਨਾਲ ਵੇਖੇ, ਨਿਮਰਤਾ ਨਾਲ, ਸਹਿਜ ਨਾਲ। ਸਿਦਕ ਮੁਸੱਲਾ, ਜਦੋਂ ਨਮਾਜ਼ ਪੜ੍ਹਦੇ ਨੇ ਮੁਸਲਮਾਨ, ਉਹ ਜਿਹੜਾ ਥੱਲੇ ਕੱਪੜਾ ਵਿਛਾਉਂਦੇ ਨੇ ਉਹਨੂੰ ਮੁਸੱਲਾ ਕਹਿੰਦੇ ਨੇ। ਕਹਿੰਦੇ ਤੇਰੇ ਅੰਦਰ ਸਿਦਕ ਹੋਵੇ, ਇਹ ਤੇਰਾ ਮੁਸੱਲਾ। ਹੱਕ ਹਲਾਲ ਕੁਰਾਨ, ਹੱਕ ਹਲਾਲ ਦੀ ਜਿਹੜੀ ਕਮਾਈ ਹੈ ਉਹ ਖਾਣੀ, ਸਹੀ ਮਨਿਆਂ ਚ ਕੁਰਾਨ ਪੜ੍ਹਨੀ। ਸ਼ਰਮ ਸੁਨਤ ਸੀਲ ਰੋਜ਼ਾ, ਅੰਦਰ ਸ਼ਰਮ ਲੱਜਾ, ਮਾੜੀ ਮੋਟੀ ਆ, ਕਿਉਂਕਿ ਅਸੀਂ ਸ਼ਰਮ ਲਾ ਦਿੰਦੇ ਨਾ ਕਈ ਵਾਰੀ, ਸਾਰਾ ਕੁਝ ਬੋਲਣ ਲੱਗੇ ਹਾਂ, ਝੂਠ ਬੋਲਣ ਲੱਗੇ ਹਾਂ। ਕਹਿੰਦੇ ਮਾੜੀ ਮੋਟੀ ਸ਼ਰਮ ਉਸ ਮਾਲਕ ਦੀ, ਉਸ ਪ੍ਰਭੂ ਦੀ ਹੋਣੀ ਚਾਹੀਦੀ ਤੈਨੂੰ, ਇਹ ਤੇਰੀ ਸੁਨਤ ਹੈ। ਸੁਨਤ ਕਰਨ ਦਾ ਮਤਲਬ ਹੈ ਕਿ ਅੰਦਰ ਕੋਈ ਸ਼ਰਮ ਹੈ, ਭਾਵ ਉੱਚਾ ਸੁੱਚਾ ਕਰੈਕਟਰ ਹੈ। ਸੀਲ ਰੋਜ਼ਾ, ਚੰਗਾ ਸੁਭਾਅ, ਇਹ ਤੇਰੇ ਰੋਜ਼ੇ ਨੇ। ਹੋ ਮੁਸਲਮਾਨ, ਕਹਿੰਦੇ ਜੇ ਇਹ ਗੁਣ ਤੇਰੇ 'ਚ ਹੈਗੇ ਨੇ ਭਾਈ, ਫਿਰ ਹੋ ਮੁਸਲਮਾਨ ਬਣ, ਚੰਗੀ ਗੱਲ। ਜੇ ਤੇਰੇ ਅੰਦਰ ਸਿਦਕ ਹੈ, ਹੱਕ ਹਲਾਲ ਦੀ ਕਮਾਈ ਤੂੰ ਖਾਂਦਾ, ਅੰਦਰ
ਸ਼ਰਮ ਹਿਆ ਹੈ ਉਸ ਮਾਲਕ ਪ੍ਰਤੀ ਤੇ ਅੰਦਰ ਜੀਵਨ ਤੇਰਾ ਉੱਚਾ ਸੁੱਚਾ ਹੈ। ਕਹਿੰਦੇ ਭਾਈ ਤੂੰ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਰਨੀ ਕਾਬਾ ਜਿਹੜੀ ਤੇਰੀ ਕਰਨੀ ਹੈ, ਜਿਹੜੇ ਤੂੰ ਕੰਮ ਕਰਦਾ ਉਹ ਕਾਬਾ ਤੇਰੇ, ਕਿਉਂਕਿ ਮੱਕੇ ਦੇ ਅੰਦਰ ਕਾਬਾ ਜਿੱਥੇ ਹਾਜੀ ਹੱਜ ਕਰਨ ਜਾਂਦੇ ਨੇ। ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਹੈ, ਕਾਬਾ ਉਹਨਾਂ ਦਾ ਸਭ ਤੋਂ ਵੱਡਾ ਤੀਰਥ ਮੰਨਿਆ ਗਿਆ। ਕਹਿੰਦੇ ਭਾਈ ਤੇਰੀ ਕਰਨੀ ਹੀ ਕਾਬੇ ਵਾਂਗੂ ਹੋ ਜਾਏ, ਪਵਿੱਤਰ ਹੋ ਜਾਏ, ਸੱਚ ਪੀਰ ਉਹ ਪਰਮਾਤਮਾ ਨਾਮ ਸੱਚ ਅੰਦਰ ਤੇਰੇ ਵਸ ਜਾਏ, ਇਹ ਸਮਝ ਲੈ ਤੇਰੇ ਪੀਰ ਨੇ। ਕਲਮਾ ਕਰਮ ਨਵਾਜ, ਜਿਹੜੀਆਂ ਤੇਰੇ ਕਲਮਾਂ ਪੜ੍ਹਨੀਆਂ ਨੇ ਉਹ ਤੇਰੇ ਕਰਮ ਨੇ, ਤੇ ਉਹੀ ਤੇਰੀ ਨਮਾਜ਼ ਹੈ। ਸਹੀ ਮਿੰਟ ਪੜ੍ਹਨੀ, ਨਮਾਜ਼ ਪੜ੍ਹਨ ਤੋਂ ਭਾਵ ਹੈ ਤੇਰੇ ਕਰਮ ਚੰਗੇ, ਚੰਗੇ ਕਰਮ ਕਰਨੇ ਹੀ ਤੇਰੀ ਅਸਲੀ ਨਮਾਜ਼ ਹੈ। ਤਸਬੀ ਸਾਥ ਇਸ ਭਾਵ ਸੀ, ਜਿਹੜੀ ਮਾਲਾ ਤੂੰ ਫੇਰਦਾ ਪਿਆ ਜੇ ਉਹਨੂੰ ਭਾ ਜਾਏ, ਇਹ ਤੇਰੀ ਤਸਬੀ ਫੇਰਨੀ ਹੈ, ਉਹਦੇ ਭਾਣੇ ਵਿੱਚ ਰਹਿਣਾ। ਸਿੱਖ ਲਵੇ ਨਾਨਕ ਰੱਖੇ ਲਾਜ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਤੇਰੀ ਲਾਜ ਰੱਖ ਲਏਗਾ ਜਦੋਂ ਤੇਰੇ ਅੰਦਰ ਇਹ ਗੁਣ ਪੈਦਾ ਹੋ ਜਾਣਗੇ। ਉਹ ਤੇਰੇ ਆਦਾਰਾਂ ਦੀ ਫਿਰ ਉਹ ਲਾਜ ਰੱਖੇਗਾ ਜਦੋਂ ਤੂੰ ਇਸ ਤਰ੍ਹਾਂ ਇਹ ਗੁਣ ਆਪਣੇ ਅੰਦਰ ਪੈਦਾ ਕਰ ਲਏਗਾ। ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਹਾਰਾਜ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕੌੜੇ ਸ਼ਬਦ ਕਹੇ ਕਿ ਹੱਕ ਪਰਾਇਆ ਨਾਨਕਾ, ਪਰਾਇਆ ਹੱਕ ਹੈ ਨਾ ਜਿਹੜਾ ਮਾਰਨਾ, ਉਸ ਸੂਰ ਉਸ ਗਾਏ। ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ, ਹਿੰਦੂ ਦੇ ਲਈ ਗਾਂ ਖਾਣ ਦੇ ਬਰਾਬਰ ਹੈ। ਪਰਾਇਆ ਹੱਕ ਨੂੰ ਮਾਰੇ ਨੇ ਕਿਹਾ ਕਿ ਸਮਝ ਲੈ ਕਿ ਗਾਂ ਖਾ ਗਏ, ਸਮਝ ਲੈ ਤੂੰ ਸੂਰ ਖਾ ਗਏ। ਦੋਵਾਂ ਨੂੰ ਸਮਝਾਇਆ ਮਹਾਰਾਜ, ਗੁਰਪੀਰ ਹਮਾ ਤਾਂ ਭਰੇ, ਗੁਰੂ ਮੁਸਲਮਾਨਾਂ ਦਾ ਪੀਰ ਕਹਿੰਦੇ ਤਾਂ ਤੇਰੀ ਹਾਮੀ ਭਰੇਗਾ ਜਾਂ ਮੁਰਦਾਰ ਨਾ ਖਾਏ। ਜਦੋਂ ਤੂੰ ਝੂਠ ਬੋਲ ਮੁਰਦਾਰ ਖਾਏ, ਜਦੋਂ ਝੂਠ ਮਾਰ ਕੇ ਠੱਗੀ ਮਾਰ ਕੇ ਕੀਤੀ ਹੋਈ ਕਮਾਈ ਤੂੰ ਨਹੀਂ ਖਾਏਗਾ ਤਾਂ ਤੇਰੀ ਹਾਮੀ ਭਰੂਗਾ ਤੇਰਾ ਗੁਰੂ, ਤੇਰੇ ਪੀਰ ਤੇਰੀ ਤਾਂ ਹਾਮੀ ਭਰਨਗੇ ਜੇ ਠੱਗੀਆਂ ਮਾਰ ਕੇ ਕੀਤੀ ਹੋਈ ਕਮਾਈ ਤੇ ਆ ਕੇ ਤੂੰ ਚੜਾ ਰਹੇ ਚੜਾਵਾ ਉਹਦਾ, ਕਹਿੰਦੇ ਉਹ ਕਬੂਲ ਨਹੀਂ ਹੋਏਗੀ। ਮਤ ਜਾਣੇ ਤੂੰ ਆਪਣਾ ਨਾਂ ਭਾਵੇਂ ਸਲੇਟ ਦੇ ਉੱਤੇ ਮੋਟੇ ਅੱਖਰਾਂ 'ਚ ਲਿਖਾ ਦੇ, ਲਿਖਿਆ ਰਹਿ ਜਾਏਗਾ, ਕਿਉਂਕਿ ਹਰ ਕਰਤਾ ਸਭ ਕੁਛ ਜਾਣਦਾ। ਉਹ ਕਰਤਾ ਤੇ ਸਭ ਕੁਛ ਜਾਣਦਾ ਕਿ ਮਾਇਆ ਆਈ ਕਿੱਥੋਂ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹਦੇ ਦਰ ਤੇ ਜੇ ਤੂੰ ਕਬੂਲ ਹੋਣਾ ਚਾਹੁੰਦਾ ਸਹੀ ਮਾਇਆ ਵਿੱਚ ਤਾਂ ਹੱਕ ਹਲਾਲ ਦੀ ਜਿਹੜੀ ਕਮਾਈ ਹੈ ਨਾ ਤੇਰੀ ਉਹ ਹੀ ਕਬੂਲ ਹੋਏਗੀ। ਗੱਲੀ ਭਿਸਤ ਨਾ ਜਾਈਐ ਛੁੱਟੈ ਸੱਚ ਕਮਾਏ, ਕਿਉਂਕਿ ਮੁਸਲਮਾਨ ਕਹਿੰਦੇ ਨੇ ਕਿ ਤੁਸੀਂ ਮੁਸਲਮਾਨ ਹੋ ਜਾਓ ਅੱਗੇ ਤੁਹਾਨੂੰ ਇਸ਼ਤ ਮਿਲੇਗਾ, ਸਵਰਗ ਮਿਲੇਗਾ। ਨਰਕ ਸਵਰਗ ਦੀ ਗੱਲ ਨਹੀਂ ਹੈ, ਮੈਂ ਕਹਿੰਦੇ ਗੱਲਾਂ ਨਾਲ ਥੋੜੀ ਭਿਸਤਾ ਜਾਇਆ ਜਾਂਦਾ, ਗੱਲਾਂ ਨਾਲ ਸਵਰਗਾਂ 'ਚ ਨਹੀਂ ਪਹੁੰਚਿਆ ਜਾਂਦਾ, ਛੁਟਕਾਰਾ ਤੇ ਸੱਚ ਦੀ ਕਮਾਈ ਕਰਕੇ ਹੋਏਗਾ। ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਹਰਾਮ ਦੀ ਕਮਾਈ 'ਚ ਮਸਾਲੇ ਪਾ ਕੇ ਇਹ ਥੋੜੀ ਸਵਾਦ ਬਣਦਾ ਹੈ, ਭਾਵ ਤੇਰੀਆਂ ਚਲਾਕੀਆਂ ਤੇਰੀਆਂ ਚੁਸਤੀਆਂ ਗੱਲਾਂ ਨਾਲ ਉਸ ਹਰਾਮ ਦੀ ਕਮਾਈ ਨੂੰ ਤੂੰ ਕਹਿੰਦਾ ਕਿ ਮੈਂ ਦਸਵੰਧ ਕਰ ਦਿੱਤਾ ਜੀ, ਮੈਂ ਇਹਦਾ ਆਹ ਕਰ ਦਿੱਤਾ ਦੇਖੋ ਜੀ। ਕਹਿੰਦੇ ਨਹੀਂ, ਇਸ ਤਰ੍ਹਾਂ ਉਸ ਮਾਰਗ ਦੇ ਦਰ ਦੇ ਉੱਤੇ ਤੂੰ ਕਬੂਲ ਨਹੀਂ ਹੋਏਗਾ, ਉਹ ਹੱਕ ਹਲਾਲ ਦੀ ਕਮਾਈ ਤੇਰੀ ਨਹੀਂ ਬਣੇਗੀ। ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ, ਗੁਰੂ ਨਾਨਕ ਪਾਤਸ਼ਾਹ ਮਾਰਗ ਨੇ
ਕੂੜ ਦੀਆਂ ਗੱਲਾਂ ਨਾਲ ਝੂਠ ਦੀਆਂ ਗੱਲਾਂ ਨਾਲ ਝੂਠ ਹੀ ਪੱਲੇ ਪਏਗਾ। ਸੱਚ ਪ੍ਰਾਪਤ ਨਹੀਂ ਹੋ ਸਕਦਾ, ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹੱਲਾ ਪਹਿਲਾ। ਹੁਣ ਅਗਲੀ ਗੱਲ ਮਹਾਰਾਜ ਨਵਾਜ਼ਾਂ ਦੀ ਗੱਲ ਕਰਦੇ ਨੇ, ਪੰਜ ਨਵਾਜ਼ਾਂ। ਉਹਨਾਂ ਜਿਹੜੇ ਨਾਮ ਨੇ, ਕਿਉਂਕਿ ਮੇਰੇ ਕੋਲ ਲਈ ਮੈਂ ਪੜ੍ਹਿਆ, ਉੱਥੇ ਉਹਨੂੰ ਪੁੱਛਦੇ ਹੈ ਅਤੇ ਇੱਥੇ ਵੀ ਮਹਾਰਾਜ ਲਿਖੀਆਂ ਨੇ ਕਲੀਅਰ ਨਾਲ ਕਿ ਪੰਜ ਨਵਾਜ਼ੇ, ਨਵਾਜ਼ੇ ਸੁਬਹ, ਸਵੇਰ ਦੀ ਨਵਾਜ਼ ਜਿਹੜੀ ਹੈ, ਨਵਾਜ਼ੇ ਪੈਸ਼ੀਨ, ਨਵਾਜ਼ੇ ਦੀਗਰ, ਨਵਾਜ਼ੇ ਸ਼ਾਮ ਅਤੇ ਨਵਾਜ਼ੇ ਖੁਸਤਮ, ਰਾਤ ਦੀ ਨਵਾਜ਼। ਇਹ ਪੰਜ ਨਵਾਜ਼ਾਂ ਨੇ ਜਿਹੜੀਆਂ ਮੁਸਲਮਾਨਾਂ ਨੂੰ ਜ਼ਰੂਰੀ ਨੇ, ਉਹ ਪੜ੍ਹਦੇ ਨੇ। ਪਰ ਮਹਾਰਾਜ ਇੱਥੇ ਕਹਿੰਦੇ ਕਿ ਮੈਂ ਦੱਸਦਾ ਇਹ ਨਵਾਜ਼ਾਂ ਦੇ ਕੀ ਅਰਥ ਨੇ, ਇਹ ਨਮਾਜ਼ ਤੋਂ ਕੀ ਭਾਵ ਹੈ। ਪੜ੍ਹ ਤੂੰ ਨਮਾਜ਼, ਪੰਜ ਨਮਾਜ਼ਾਂ, ਪੰਜ ਵਕਤ, ਪੰਜਾਂ ਪੰਜੇ ਨਾਉ, ਕਿਹੜੇ ਪੰਜ ਵਕਤ ਤੂੰ ਨਮਾਜ਼ ਪੜ੍ਹਦਾ। ਪੰਜਾਂ ਦੇ ਵੱਖਰੇ ਵੱਖਰੇ ਨਾਮ ਨੇ। ਪਹਿਲਾਂ ਸੱਚ ਹਲਾਲ ਦੋਏ, ਪਹਿਲੀ ਨਮਾਜ਼ ਹੈ ਕਿ ਤੇਰੇ ਅੰਦਰ ਸੱਚ ਹੋਣਾ ਚਾਹੀਦਾ, ਉਸ ਪਰਮਾਤਮਾ ਦੀ ਜੋਤ ਜਿਹੜੀ ਹੈ, ਸੁਰਤ ਜਿਹੜੀ ਹੈ, ਤੇਰੀ ਸੱਚ ਨਾਲ ਜੁੜੀ ਹੋਣੀ ਚਾਹੀਦੀ ਪਹਿਲੀ ਨਮਾਜ਼ ਦੇ। ਹਲਾਲ ਦੋਏ, ਹਲਾਲ ਤੋਂ ਭਾਵ ਹੈ ਕਿ ਧਰਮ ਦੀ ਕਿਰਤ, ਸੱਚੀ ਸੁੱਚੀ ਕਿਰਤ ਜੇ ਤੂੰ ਕਰਦਾ ਤਾਂ ਤੇਰੀ ਦੂਜੀ ਨਮਾਜ਼ ਹੈ। ਤੀਜਾ ਖੈਰ ਖੁਦਾਏ, ਕਿ ਤੀਜੀ ਨਮਾਜ਼ ਤੇਰੀ ਕਿਸ ਉਸ ਮਾਲਕ ਕੋਲੋਂ, ਉਸ ਪ੍ਰਭੂ ਕੋਲੋਂ, ਉਸ ਖੁਦਾ ਕੋਲੋਂ ਸਭ ਦੀ ਖੈਰ ਮੰਗਣੀ, ਸਭ ਦਾ ਭਲਾ ਮੰਗਣਾ, ਸਰਬੱਤ ਦਾ ਭਲਾ ਮੰਗਣਾ। ਚੌਥੀ ਨੀਅਤ ਰਾਸਮਾਨਾ, ਪੰਜਵੀਂ ਸਿਫਤ ਸੁਣਾਏ। ਚੌਥੀ ਨੀਅਤ ਰਾਸਮਨ, ਤੇਰੇ ਮਨ ਦੀ ਨੀਅਤ ਜਿਹੜੀ ਹੈ ਉਹ ਰਾਸਮੀਨ ਚੰਗੀ ਹੋਣੀ ਚਾਹੀਦੀ ਹੈ, ਨੀਅਤ ਨਹੀਂ ਮਾੜੀ ਹੋਣੀ ਚਾਹੀਦੀ। ਕਹਿੰਦੇ ਨੀਅਤ ਜਿਹੜੀ ਹੈ, ਭਾਵ ਦੂਜੇ ਦੀ ਬਿਰਤੀ ਖੋਣ ਵਾਲੀ ਬਿਰਤੀ, ਇਹ ਨਹੀਂ ਹੋਣੀ ਚਾਹੀਦੀ। ਅਤੇ ਪੰਜਵੀਂ ਸਿਫਤ ਸੁਣਾਏ, ਅਤੇ ਪੰਜਵੀਂ ਨਮਾਜ਼ ਤੇਰੀ ਹੈ ਉਸ ਮਾਲਕ ਦੀ ਸਿਫਤ ਸਲਾਹ, ਉਸ ਪ੍ਰਭੂ ਦੀ ਵਡਿਆਈ, ਜੇ ਤੂੰ ਕਰ ਰਿਹਾ ਤਾਂ ਤੇਰੀਆਂ ਪੰਜੇ ਨਮਾਜ਼ਾਂ ਪੂਰੀਆਂ ਨੇ, ਇਹ ਗੁਣ ਤੇਰੇ ਅੰਦਰ ਹੈਗੇ ਨੇ ਤਾਂ ਤੇਰੀਆਂ ਪੰਜੇ ਨਮਾਜ਼ਾਂ ਨੇ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਚੰਗੀ ਕਰਮ ਨੇ ਜਿਹੜੇ ਤੇਰੇ, ਚੰਗੀ ਕਰਨੀ ਜਿਹੜੀ ਹੈ ਨਾ, ਉਹ ਤੇਰਾ ਕਲਮਾ ਪੜ੍ਹਦੇ ਨੇ, ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਜਿਹਨੂੰ ਬਿਸਮਿਲਾ ਕਹਿੰਦੇ ਨੇ। ਅਸੀਂ ਮੂਲ ਮੰਤਰ ਕਹਿੰਦੇ ਅਤੇ ਮੁਸਲਮਾਨ ਬਿਸਮਿਲਾ ਆਖਦੇ ਨੇ ਸਭ ਪੜ੍ਹਨ ਤੋਂ ਬਾਅਦ। ਇਹ ਤੇਰਾ ਬਿਸਮਿਲਾ ਕਿਹਾ ਤਾਂ ਹੀ ਕਬੂਲ ਹੋ ਸਕਦਾ ਜੇ ਤੇਰੀ ਕਰਨੀ ਉੱਤਮ ਹੈ। ਇਹ ਨਹੀਂ ਕਿ ਮੂੰਹ ਤੋਂ ਖੁਦਾ ਖੁਦਾ, ਮੂੰਹ ਤੋਂ ਅੱਲਾਹ ਅੱਲਾਹ ਆਖਦਾ ਪਿਆ, ਪਰ ਕਰਮ ਨੇ ਜਿਹੜੇ ਉਹ ਹਰਾਮ ਦੀ ਕਮਾਈ ਵਾਲੇ ਨੇ, ਕਹਿੰਦੇ ਫਿਰ ਨਹੀਂ ਕਬੂਲ ਹੋਏਗਾ ਗੱਲ ਦੇ ਉੱਤੇ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਕਹਿੰਦੇ ਤਾਂ ਤੂੰ ਮੁਸਲਮਾਨ ਸਦਾ ਸਕਦਾ, ਕਹਾਉਣ ਦਾ ਹੱਕਦਾਰ ਹੈ। ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ। ਕਹਿੰਦੇ ਜਿੰਨੇ ਵੀ ਕੂੜਿਆਰ ਜੀਵਨ ਵਾਲੇ ਨੇ ਭਾਈ, ਉਹ ਕੂੜ ਦੀ ਪਾਏ ਆ ਉਹਨਾਂ ਦੀ, ਉਹਨਾਂ ਦਾ ਜਿਹੜਾ ਮੁੱਢ ਹੈ ਉਹ ਤੇ ਫਿਰ ਕੂੜ ਹੈ ਨਾ। ਇਸ ਕਰਕੇ ਕੂੜ ਦਾ ਜਿੱਥੇ ਮੋਢੀ ਕੂੜ ਹੈ, ਝੂਠ ਹੈ, ਉੱਥੇ ਸੱਚ ਕਿਵੇਂ ਪ੍ਰਗਟ ਹੋ ਸਕਦਾ। ਇਸ ਕਰਕੇ ਜੇ ਮੁੱਢ ਕੂੜ ਨਾਲ ਜੁੜ ਗਿਆ ਨਾ, ਕਹਿੰਦੇ ਫਿਰ ਕੁਝ ਨਹੀਂ। ਜਿੰਨੇ ਕੂੜਿਆਰ ਜੀਵਨ ਵਾਲੇ ਨੇ, ਕੂੜਾ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਬਣਜਦੇ ਇੱਕ ਕੱਚਾ ਦੇਵਾ ਪਾਰਾ। ਇਹ ਸੰਸਾਰ ਦੇ ਵਿੱਚ ਇੱਕ ਤੇ ਉਹ ਮਨੁੱਖ ਨੇ ਜਿਹੜੇ ਰਤਨ ਪਦਾਰਥ ਬਣਜਦੇ ਨੇ, ਭਾਵ ਸ਼ੁਭ ਗੁਣਾਂ ਦਾ ਵਪਾਰ ਕਰਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਹੜੇ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਉੱਪਰ ਦੱਸੇ ਗੁਣਾਂ ਨੂੰ ਧਾਰਨ ਕਰਦੇ ਨੇ, ਜਿਹੜੇ ਆਪਣੇ ਜੀਵਨ ਨੂੰ ਸਚਿਆਰ ਬਣਾਉਂਦੇ ਨੇ, ਇੱਕ ਤੇ ਉਹ ਨੇ, ਇੱਕ ਕੱਚਾ ਦੇ ਵਪਾਰਾ, ਇੱਕ ਉਹ ਨੇ ਜਿਹੜੇ ਕੱਚ ਦੇ ਵਪਾਰੀ ਨੇ। ਫਿਰ ਬਸ ਉਹਨੇ ਠੱਗੀਆਂ ਠੋਰੀਆਂ
ਬਾਣੀ ਦਾ ਆਸਰਾ ਲੈ ਕੇ ਬਾਣੀ ਨੂੰ ਤੋੜ ਮਰੋੜ ਕੇ ਆਪਣੇ ਅਨੁਸਾਰ ਚਲਾ ਕੇ ਇੱਕ ਉਹ ਵੀ ਵਪਾਰ ਕਰ ਰਹੇ ਨੇ, ਉਹ ਵਪਾਰ ਫਲ ਕੇ ਜਾਰੀ ਚੱਲ ਰਿਹਾ। ਸਤਿਗੁਰ ਤੁਠੈ ਪਾਈਆਂ ਅੰਤਰ ਰਤਨ ਭੰਡਾਰਾ, ਜਿਨ੍ਹਾਂ ਉੱਤੇ ਸਤਿਗੁਰ ਤੁਠਿਆ ਖੁਸ਼ ਹੋਇਆ ਕਿ ਉਹ ਪ੍ਰਾਪਤ ਕਰਦੇ ਨੇ, ਕਿਉਂਕਿ ਭੰਡਾਰ ਤੇ ਸਾਡੇ ਅੰਦਰ ਹੀ ਪਏ ਨੇ। ਭੰਡਾਰ ਉਹ ਰਤਨ ਉਹ ਗੁਣ ਸਾਡੇ ਅੰਦਰ ਹੀ ਨੇ, ਜਿਨ੍ਹਾਂ ਉੱਤੇ ਸਤਿਗੁਰ ਖੁਸ਼ ਹੁੰਦਾ ਹੈ ਉਹਨਾਂ ਨੂੰ ਇਹ ਗਿਆਨ ਬਖਸ਼ਦਾ, ਉਹਨਾਂ ਨੂੰ ਸਮਝ ਆ ਗਈ ਕਿ ਪਰਮਾਤਮਾ ਨਾਲ ਸਾਂਝ ਗੁਣਾਂ ਨਾਲ ਪੈਂਦੀ, ਪੈਸਿਆਂ ਨਾਲ ਨਹੀਂ ਪੈਂਦੀ, ਗੱਲਾਂ ਨਾਲ ਨਹੀਂ ਮਿਲਦੀ। ਵਿਣ ਗੁਰ ਕਿਨਹਿ ਨ ਲੱਦਿਆ, ਅੰਧੇ ਭੌਂਕ ਮੂਏ ਕੂੜਿਆਰਾ। ਵਿਣ ਗੁਰ ਬਿਨਾਂ ਗਿਆਨ ਤੋਂ, ਬਿਨਾਂ ਨੌਲੇਜ ਤੋਂ, ਇਹਨੂੰ ਜਾਣ ਪਛਾਣ ਕੀਤੇ ਤੋਂ ਬਿਨਾਂ ਕਹਿੰਦੇ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਅੰਧੇ ਗਿਆਨ ਤੋਂ ਹੀਣੇ ਕਹਿੰਦੇ ਭੌਂਕ ਮੂਏ ਕੂੜਿਆਰਾ, ਜਿਨ੍ਹਾਂ ਦਾ ਜੀਵਨ ਕੂੜਿਆਰ ਹੈ ਉਹ ਤੇ ਕਹਿੰਦੇ ਭੌਂਕ ਭੌਂਕ ਕੇ ਥੱਕ ਗਏ, ਬੋਲ ਬੋਲ ਕੇ ਥੱਕ ਗਏ, ਪਰ ਪ੍ਰਾਪਤ ਕੁੱਝ ਨਾ ਕਰ ਸਕੇ। ਮਨਮੁਖ ਦੂਜੇ ਭੱਜ ਮੂਏ ਨਾ ਬੂਝੈ ਵਿਚਾਰਾ, ਜਿਹੜੇ ਮਨਮੁੱਖ ਨੇ ਆਪ ਉਧਰੇ ਮਨੁੱਖ ਨੇ, ਦੂਜੇ ਭੱਜ ਮੂਏ ਦੂਜੇ ਪ੍ਰੇਮ ਵਿੱਚ ਪਰਮਾਤਮਾ ਨੂੰ ਛੱਡ ਕੇ ਨਾਮ ਪਰਮਾਤਮਾ ਦਾ ਲੈ ਕੇ ਗੁਰਬਾਣੀ ਦਾ ਆਸਰਾ ਲੈ ਕੇ ਪਰ ਮਾਇਆ ਗੱਠੀ ਵਾਲੇ ਪਾਸੇ ਮੈਨੂੰ ਤੁਰੇ ਹੋਏ ਨੇ, ਕਹਿੰਦੇ ਭੱਜ ਮੂਏ ਇਸ ਤਰ੍ਹਾਂ ਹੀ ਜ਼ਿੰਦਗੀ 'ਚ ਖੱਜਲ ਖਰਾਬ ਹੋਏ ਨੇ। ਨਾ ਬੁੱਝਿਆ ਵਿਚਾਰਾ, ਉਹ ਵਿਚਾਰ ਨੂੰ ਬੁੱਝਦੇ ਨਹੀਂ, ਜੋ ਗੁਰੂ ਨੇ ਸਾਨੂੰ ਵਿਚਾਰ ਦਿੱਤੀ ਸੀ ਉਹਨੂੰ ਸਮਝਦੇ ਨਹੀਂ ਪਏ, ਉਹ ਤੇ ਸਿਰਫ ਆਪਣੀ ਗੱਲ ਅੱਗੇ ਰੱਖਣ ਦੇ ਕੋਸ਼ਿਸ਼ 'ਚ ਨੇ। ਇੱਕ ਸਬਾਜੋ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰਾ, ਕਹਿੰਦੇ ਕਿਹਦੇ ਅੱਗੇ ਪੁਕਾਰਾਂ ਕਰਨ, ਕਿਉਂਕਿ ਇੱਕ ਤੋਂ ਬਿਨਾਂ ਹੋਰ ਦੂਜਾ ਸੁਣਨ ਵਾਲਾ ਹੈ ਹੀ ਨਹੀਂ, ਉਹ ਤੇ ਇੱਕੋ ਹੀ ਹੈ ਸਭ ਦੀ। ਉਹ ਮਨਮੁੱਖ ਵੀ ਸੁਣਦਾ, ਗੁਰਮੁਖ ਵੀ ਸੁਣਦਾ, ਉਹ ਮਨਮੁੱਖ ਵੱਲ ਵੀ ਵੇਖ ਰਿਹਾ, ਗੁਰਮੁਖ ਵੱਲ ਵੀ ਵੇਖ ਰਿਹਾ, ਉੱਥੇ ਸੱਚੋ ਹੀ ਸੱਚ ਨਿਬੜਿਆ। ਕਿਉਂਕਿ ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਉਸ ਪਰਮਾਤਮਾ ਨੂੰ ਨਹੀਂ ਦੇ ਸਕਦੇ, ਕਿਉਂਕਿ ਸਾਡੇ ਅੰਦਰ ਦੀ ਹਾਲਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਇੱਥੇ ਮਹਾਰਾਜ ਕਹਿੰਦੇ ਭਾਈ ਉਹ ਤੇ ਫਿਰ ਕਿਹਦੇ ਅੱਗੇ ਪੁਕਾਰ ਕਰੀਏ। ਇੱਕ ਨਿਰਤਨ ਸਦਾ ਭੌਂਕਦੇ, ਇੱਕ ਨਾ ਭਰੇ ਤੁਜਾਰਾ। ਇਹ ਸੰਸਾਰ ਦੇ ਵਿੱਚ ਇੱਕ ਤੇ ਨਿਰਧਨ ਨੇ, ਗਰੀਬ ਲੋਕ ਨੇ, ਉਹ ਗਰੀਬੀ ਵਿੱਚ ਧਨ ਤੋਂ ਹੀਣੇ, ਉਹ ਤੇ ਵਿਚਾਰੇ ਮੰਗਤਿਆਂ ਵਾਂਗੂ ਫਿਰਦੇ ਨੇ, ਇਕਣਾ ਦੇ ਤੁਜਾਰੀਆਂ ਭਰੀਆਂ ਪਈਆਂ, ਇਕਣਾ ਕੋਲ ਭੰਡਾਰ ਭਰੇ ਪਏ ਨੇ ਪੈਸਿਆਂ ਦੇ, ਮਾਇਆ ਦੇ। ਬਿਨ ਨਾਮ ਹੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਇਸ਼ਾਰਾ। ਫਿਰ ਅਸਲੀ ਧਨ ਕਿਹੜਾ, ਅਸਲੀ ਧਨ ਕਿਹੜਾ? ਕਹਿੰਦੇ ਬਿਨ ਨਾਮ ਹੈ ਹੋਰ ਧਨ ਨਾਹੀ, ਨਾਮ ਤੋਂ ਬਿਨਾਂ ਹੋਰ ਧਨ ਹੈ ਹੀ ਨਹੀਂ, ਕਿਉਂਕਿ ਇਹ ਮਾਇਆ ਨੇ ਕਿਸੇ ਦੇ ਕਾਰਜ ਪੂਰੇ ਨਹੀਂ ਕੀਤੇ। ਲੋਕਾਂ ਕੋਲ ਬੜੀ ਮਾਇਆ ਪਰ ਉਹ ਕੀ ਸੁਖੀ ਨੇ, ਨਹੀਂ। ਇਹ ਕਰਕੇ ਅਸਲੀ ਧਨ ਤੇ ਨਾਮ ਧਨ ਹੈ, ਕੌਣ ਵੱਡਾ, ਮਾਇਆ ਵਡਿਆਈ। ਇਹ ਸੰਸਾਰ ਚ ਵੱਡਾ ਕਿਹਨੂੰ ਕਹਿੰਦੇ ਨੇ, ਜਿਹਦੇ ਕੋਲ ਬਹੁਤ ਮਾਇਆ, ਕਹਿੰਦੇ ਮਾਇਆ ਦੀ ਵਡਿਆਈ ਹੈ ਨਾ। ਵੀਰ ਸਾਹਿਬ ਕਹਿੰਦੇ ਨਹੀਂ ਭਾਈ, ਸੋ ਵੱਡਾ ਜਿਨ ਰਾਮ ਲਿਵਦਾ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਬਿਨ ਨਾਮ ਹੈ ਹੋਰ ਧਨ ਨਾ ਹੀ, ਹੋਰ ਵਿਖਿਆ ਸਭ ਇਸ਼ਾਰਾ। ਬਾਕੀ ਜਿਹੜੀ ਵਿਖਿਆ ਜ਼ਹਿਰ ਇਕੱਠੀ ਕੀਤੀ ਸਾਰੀ ਸਵਾਹ ਹੈ, ਸਵਾਹ ਇਕੱਠੀ ਕੀਤੀ ਹੋਈ ਹੈ, ਹੋਰ ਕੁਝ ਵੀ ਨਹੀਂ ਹੈ। ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨ ਹਾਰਾ। ਤੇ ਪਾਤਸ਼ਾਹ ਕਹਿੰਦੇ ਕਰਨ ਕਰਾਉਣ ਵਾਲਾ ਤੇ ਫਿਰ ਉਹ ਆਪ ਹੀ ਹੈ, ਉਹ ਆਪਣੇ ਹੁਕਮ ਦੁਆਰਾ ਜਿਹਦੇ ਉੱਤੇ ਉਹਦਾ ਹੁਕਮ ਚੱਲਦਾ, ਭਾਵ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ, ਹੁਕਮ ਹੈ ਬੁੱਝ ਹੈ ਤਾਂ ਦਰ ਸੁੱਝ ਹੈ, ਉਹ ਆਪਣੇ ਹੁਕਮ ਦੁਆਰਾ
ਇਸ ਜੀਵਨ ਨੂੰ ਫਿਰ ਸਵਾਰਨ ਦੀ ਸਮਰੱਥਾ ਰੱਖਦਾ, ਉਹ ਸਾਡੇ ਜੀਵਨ ਨੂੰ ਸਵਾਰ ਦਿੰਦਾ। ਉਹ ਉੱਪਰ ਦੱਸੇ ਗੁਣ ਜਿਹੜੇ ਮਹਾਰਾਜ ਦੱਸ ਆਏ ਨੇ ਕਿ ਮੁਸਲਮਾਨ ਵਿੱਚ ਆਹ ਗੁਣ ਹੋਣੇ ਚਾਹੀਦੇ ਨੇ, ਗੁਰਸਿੱਖ ਵਿੱਚ ਵੀ ਇਹੀ ਗੁਣ ਹੋਣੇ ਚਾਹੀਦੇ ਨੇ। ਇੱਕ ਧਰਮੀ ਪੁਰਸ਼ ਜਿਹੜਾ ਹੈ ਉਹਦੇ ਵਿੱਚ ਇਹ ਗੁਣ ਹੋਣੇ ਜ਼ਰੂਰੀ ਨੇ, ਕਿਉਂਕਿ ਗੁਣਾਂ ਦੀ ਸਾਂਝ ਹੀ ਸਾਨੂੰ ਉਸ ਗੁਣੀ ਨਿਧਾਨ ਨਾਲ ਜੋੜਦੀ ਹੈ। ਅਤੇ ਮਹਾਰਾਜ ਕਹਿੰਦੇ ਉਹ ਜਦੋਂ ਇਸ ਨੂੰ ਹੁਕਮ ਨੂੰ ਬੁੱਝ ਲਿਆ, ਸਮਝ ਲਿਆ, ਵਿਚਾਰ ਕਰ ਲਈ, ਅਤੇ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਸਮਰੱਥਾ ਰੱਖਦਾ, ਉਹ ਸਾਡੇ ਜੀਵਨ ਨੂੰ ਫਿਰ ਸਵਾਰ ਦਿੰਦਾ ਹੈ। ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ, ਉਹੀਆਂ ਪੁੰਨਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।